ਸੋ ਦੋਸਤੋ, ਇਸ ਤੋਂ ਪਹਿਲਾਂ ਵਾਲੇ ਲੈਕਚਰ 'ਚ ਮੈਂ ਡ੍ਰਿਫਟ ਵਿਲੋਸਟੀ ਬਾਰੇ ਗੱਲ ਕੀਤੀ ਸੀ ਤੁਹਾਡੇ ਨਾਲ, ਅਤੇ ਡ੍ਰਿਫਟ ਵਿਲੋਸਟੀ ਉਹ ਕਿਹਦੀ ਸੀ? ਉਹ ਇਲੈਕਟ੍ਰੋਨਸ ਦੀ ਸੀ, ਕਿਉਂਕਿ ਮੈਂ ਕਿਸੇ ਕੰਡਕਟਰ ਦੇ ਵਿੱਚੋਂ ਪਾਸ ਹੋਣ ਵਾਲੇ ਕਰੰਟ, ਇਲੈਕਟ੍ਰਿਕ ਕਰੰਟ ਬਾਰੇ ਗੱਲ ਕਰ ਰਿਹਾ ਸੀ, ਅਤੇ ਕੰਡਕਟਰ ਵਿੱਚ ਚਾਰਜ ਕੈਰੀਅਰ ਇਕੱਲੇ ਇਲੈਕਟ੍ਰੋਨ ਹੀ ਹੁੰਦੇ ਨੇ, ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਲੈਕਟ੍ਰੋਨ ਕਿਵੇਂ ਇੱਧਰ ਉੱਧਰ ਕੋਲੀਜ਼ਨਸ ਕਰਦਾ ਹੋਇਆ, ਮਤਲਬ ਅੱਗੇ ਵੱਧਦਾ ਹੈ ਕਿਸੇ ਵੀ ਵਾਇਰ ਦੇ ਵਿੱਚ, ਕਿਸੇ ਵੀ ਕੰਡਕਟਰ ਦੇ ਵਿੱਚ। ਅਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਕਰੰਟ ਅਸੀਂ ਕਿਵੇਂ ਡਿਸਾਈਡ ਕਰਾਂਗੇ, ਕਿਉਂਕਿ ਸਾਨੂੰ ਪਤਾ ਕਿ ਅਸੀਂ ਇੱਥੇ ਇਹ ਸਮਝ ਕੇ ਚੱਲਦੇ ਹਾਂ ਕਿਉਂਕਿ ਚਾਰਜ ਕੈਰੀਅਰ ਇਕੱਲਾ ਇਲੈਕਟ੍ਰੋਨ ਆ, ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਵੀ ਜਿਹੜਾ ਨੈਗੇਟਿਵ ਚਾਰਜ ਆ ਉਹੀ ਫਲੋ ਕਰਦਾ ਆ, ਅਤੇ ਪੋਜ਼ਿਟਿਵ ਚਾਰਜ ਦਾ ਇਹ 'ਚ ਕੋਈ ਰੋਲ ਨਹੀਂ ਹੁੰਦਾ। ਪਰ ਅਸਲ ਵਿੱਚ ਗੱਲ ਆਪਾਂ ਇਹੀ ਸਮਝਣੀ ਆ ਕਿ ਇੱਕ ਨੈਗੇਟਿਵ ਚਾਰਜ ਦਾ ਫਲੋ ਅਸਲ ਵਿੱਚ ਪੋਜ਼ਿਟਿਵ ਚਾਰਜ ਦੇ ਫਲੋ ਦੇ ਇਕੁਇਵਲੈਂਟ ਹੁੰਦਾ ਹੈ, ਦੇ ਬਰਾਬਰ ਹੀ ਹੁੰਦਾ ਆ, ਜਾਂ ਫਿਰ ਇਹਨਾਂ ਦੋਨਾਂ ਗੱਲਾਂ ਦਾ ਇੱਕ ਹੀ ਮਤਲਬ ਬਣਦਾ ਹੈ। ਕਿਸ ਤਰ੍ਹਾਂ? ਹੁਣ ਮੰਨ ਲਓ ਆਹ ਕੰਡਕਟਰ ਹੈ, ਇਸ ਕੰਡਕਟਰ ਦੇ ਕਿਉਂਕਿ ਕਰੰਟ ਫਲੋ ਕਰਨ ਦੇ ਲਈ ਸਭ ਤੋਂ ਪਹਿਲਾਂ ਪੋਟੈਂਸ਼ੀਅਲ ਡਿਫਰੈਂਸ ਹੋਣਾ ਜ਼ਰੂਰੀ ਹੈ। ਉਹ ਪੋਟੈਂਸ਼ੀਅਲ ਡਿਫਰੈਂਸ ਬੈਟਰੀ ਪ੍ਰੋਵਾਈਡ ਕਰਦੀ ਸਾਡੀ, ਜਿਵੇਂ ਮੈਂ ਕਹਿੰਦਾ ਪਾਣੀ ਆ, ਉਹ ਪਾਣੀ ਦਾ ਫਲੋ ਕਿਉਂ ਹੁੰਦਾ ਹੈ? ਪਾਣੀ ਦਾ ਫਲੋ ਜ਼ਿਆਦਾ ਹਾਈਟ ਤੋਂ ਘੱਟ ਹਾਈਟ ਵਾਲੇ ਪਾਸੇ ਹੁੰਦਾ ਹੈ ਨਾ। ਬਿਲਕੁਲ ਇਸ ਤਰ੍ਹਾਂ ਹੀ ਜਿਵੇਂ ਮੈਂ ਹੀਟ ਦਾ ਫਲੋ ਕਹਿੰਦਾ, ਹੀਟ ਦਾ ਫਲੋ ਤੁਸੀਂ ਥਰਮੋਡਾਇਨਾਮਿਕਸ ਪੜ੍ਹੋਗੇ, ਉਹ ਜ਼ਿਆਦਾ ਟੈਂਪਰੇਚਰ ਤੋਂ ਘੱਟ ਟੈਂਪਰੇਚਰ ਵਾਲੇ ਪਾਸੇ ਹੁੰਦਾ ਨਾ। ਉਸੇ ਤਰ੍ਹਾਂ ਚਾਰਜ ਦਾ ਫਲੋ ਵੀ ਜ਼ਿਆਦਾ ਪੋਟੈਂਸ਼ੀਅਲ ਤੋਂ ਘੱਟ ਪੋਟੈਂਸ਼ੀਅਲ ਵਾਲੇ ਪਾਸੇ ਹੁੰਦਾ ਆ। ਹੁਣ ਆਪਾਂ ਜਦੋਂ ਇੱਕ ਬੈਟਰੀ ਲਗਾਉਂਦੇ ਹਾਂ ਤਾਂ ਬੈਟਰੀ ਦੇ ਵਿੱਚ ਇੱਕ ਟਰਮੀਨਲ ਪੋਜ਼ਿਟਿਵ ਹੁੰਦਾ ਹੈ, ਦੂਜਾ ਟਰਮੀਨਲ ਨੈਗੇਟਿਵ ਹੁੰਦਾ ਹੈ। ਇਹਦਾ ਸਿੱਧਾ ਮਤਲਬ ਇਹ ਆ ਕਿ ਜਿਹੜਾ ਪੋਜ਼ਿਟਿਵ ਟਰਮੀਨਲ ਆ ਉਹਦੇ ਕੋਲ ਇਲੈਕਟ੍ਰੋਨਸ ਦੀ ਘਾਟ ਆ, ਇਲੈਕਟ੍ਰੋਨਸ ਦੀ ਡੈਫੀਸ਼ੀਐਂਸੀ ਆ, ਇਹਦੇ ਕੋਲ ਇਲੈਕਟ੍ਰੋਨ ਘੱਟ ਨੇ, ਅਤੇ ਇਸ ਲਈ ਪ੍ਰੋਟੋਨਸ ਜ਼ਿਆਦਾ ਹੋਣ ਦੇ ਕਰਕੇ ਇੱਥੇ ਪੋਜ਼ਿਟਿਵ ਚਾਰਜ, ਅਤੇ ਇੱਥੇ ਜਿਹੜਾ ਨੈਗੇਟਿਵ ਟਰਮੀਨਲ ਆ ਬੈਟਰੀ ਦਾ, ਇੱਥੇ ਇਲੈਕਟ੍ਰੋਨਸ ਵਾਧੂ ਦੇ ਪਏ ਨੇ, ਜ਼ਿਆਦਾ ਨੇ ਸਾਡੇ ਕੋਲ। ਇਹ ਗੱਲ ਮੈਂ ਇਲੈਕਟ੍ਰੋਸਟੈਟਿਕਸ ਵਿੱਚ ਸ਼ੁਰੂਆਤ ਵਿੱਚ ਪਹਿਲੇ ਦੂਜੇ ਲੈਕਚਰ ਵਿੱਚ ਸਮਝਾਈ ਸੀ, ਜਦੋਂ ਮੈਂ ਗੱਲ ਕਰ ਰਿਹਾ ਸੀ ਕਿਸੇ ਬਾਡੀ ਦੇ ਉੱਪਰ ਚਾਰਜ ਆਉਂਦਾ ਕਿਉਂ ਆ। ਜਦੋਂ ਆਪਾਂ ਦੋ ਬਾਡੀਜ਼ ਨੂੰ ਰਬ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਬਾਡੀ ਵਿੱਚੋਂ ਇਲੈਕਟ੍ਰੋਨ ਨਿਕਲ ਕੇ ਦੂਜੇ 'ਚ ਚਲੇ ਜਾਂਦੇ ਨੇ, ਜਿਹਦੇ ਵਿੱਚੋਂ ਇਲੈਕਟ੍ਰੋਨ ਨਿਕਲ ਕੇ ਗਏ ਉਹਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ, ਮਤਲਬ ਉੱਥੇ ਇਲੈਕਟ੍ਰੋਨ ਦੀ ਘਾਟ ਆ। ਜਿਹਦੇ ਕੋਲ ਇਲੈਕਟ੍ਰੋਨ ਗਏ ਵਾਧੂ ਹੋ ਗਏ ਇਲੈਕਟ੍ਰੋਨ, ਉਹਦੇ ਉੱਪਰ ਨੈਗੇਟਿਵ ਚਾਰਜ ਆ ਗਿਆ। ਹੁਣ ਇੱਥੇ ਬੇਸਿਕਲੀ ਕੀ ਆ ਵੀ ਆਹ ਬੈਟਰੀ ਆ, ਇੱਥੇ ਪੋਜ਼ਿਟਿਵ ਟਰਮੀਨਲ ਆ, ਇੱਥੇ ਨੈਗੇਟਿਵ ਟਰਮੀਨਲ ਆ, ਆ ਪੋਜ਼ਿਟਿਵ ਨੂੰ ਇਹਦੇ ਨਾਲ ਜੋੜਤਾ, ਸੋ ਮੈਂ ਇਹ ਕਹਿ ਸਕਦਾ ਕਿ ਇਹਦਾ ਇਸ ਪਾਸੇ ਵਾਲਾ ਟਰਮੀਨਲ ਜਿਹੜਾ ਇਹ ਪੋਜ਼ਿਟਿਵ ਆ ਅਤੇ ਇਸ ਪਾਸੇ ਵਾਲਾ ਨੈਗੇਟਿਵ ਆ। ਸੋ ਇੱਕ ਹੀ ਕੰਡਕਟਰ ਦੇ, ਵੈਸੇ ਆਹ ਵੀ ਕੰਡਕਟਿੰਗ ਵਾਇਰਸ ਹੀ ਨੇ ਮਤਲਬ, ਪਰ ਮੈਂ ਇੰਨੇ ਕੁ ਪੋਰਸ਼ਨ 'ਤੇ ਤੁਹਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਆ ਪੋਜ਼ਿਟਿਵ ਟਰਮੀਨਲ ਆ, ਇਹ ਨੈਗੇਟਿਵ ਟਰਮੀਨਲ ਆ, ਇੱਕ ਹੀ ਕੰਡਕਟਰ ਦੇ ਦੋਨਾਂ ਸਿਰਿਆਂ 'ਤੇ ਅਲੱਗ ਅਲੱਗ ਤਰ੍ਹਾਂ ਦੇ ਚਾਰਜ ਡਿਵੈਲਪ ਹੋ ਗਏ ਨੇ ਬੈਟਰੀ ਲਗਾਉਣ ਦੇ ਕਰਕੇ, ਪੋਜ਼ਿਟਿਵ ਦੇ ਸਾਈਡ 'ਤੇ ਪੋਜ਼ਿਟਿਵ, ਨੈਗੇਟਿਵ ਸਾਈਡ 'ਤੇ ਨੈਗੇਟਿਵ ਚਾਰਜ ਡਿਵੈਲਪ ਹੋ ਗਿਆ। ਇਹਦਾ ਮਤਲਬ ਇਸ ਕੰਡਕਟਰ ਦੇ ਇਸ ਸਿਰੇ 'ਤੇ ਵਾਧੂ ਇਲੈਕਟ੍ਰੋਨ ਨੇ, ਬਹੁਤ ਜ਼ਿਆਦਾ ਇਲੈਕਟ੍ਰੋਨ ਨੇ, ਜਿੰਨੇ ਉੱਥੇ ਐਟਮਸ ਨੇ ਉਹਨਾਂ ਦੇ ਆਪਣੇ ਇਲੈਕਟ੍ਰੋਨ ਤੋਂ ਇਲਾਵਾ ਵੀ ਇਲੈਕਟ੍ਰੋਨ ਨੇ। ਇੱਥੇ ਕੀ ਆ, ਕੁਛ ਇੱਦਾਂ ਦੇ ਐਟਮ ਨੇ ਜਿਨ੍ਹਾਂ ਕੋਲ ਇਲੈਕਟ੍ਰੋਨਸ ਘੱਟ ਨੇ ਜਾਂ ਇਲੈਕਟ੍ਰੋਨਸ ਦੀ ਡੈਫੀਸ਼ੀਐਂਸੀ ਆ, ਇਸ ਲਈ ਆਪਾਂ ਕਹਿੰਦੇ ਇੱਥੇ ਪੋਜ਼ਿਟਿਵ ਚਾਰਜ। ਹੁਣ ਕਿਉਂਕਿ ਸਾਨੂੰ ਐਂ ਲੱਗਦਾ ਜਾਂ ਅਸੀਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ, ਮਟੀਰੀਅਲੀ ਮਟੀਰੀਅਲ ਦੇ ਤੌਰ 'ਤੇ ਦੇਖੀਏ ਤਾਂ ਇਲੈਕਟ੍ਰੋਨ ਮੂਵ ਕਰਦਾ ਆ, ਇਲੈਕਟ੍ਰੋਨ ਇੱਧਰ ਉੱਧਰ ਟੱਕਰ ਮਾਰਦਾ ਅੱਗੇ ਵੱਧਦਾ ਆ, ਇਲੈਕਟ੍ਰੋਨ ਹੀ ਜਿਹੜਾ ਐਕਚੁਅਲੀ ਨੈਗੇਟਿਵ ਟਰਮੀਨਲ ਤੋਂ ਪੋਜ਼ਿਟਿਵ ਟਰਮੀਨਲ ਵਾਲੇ ਪਾਸੇ ਆਉਂਦਾ ਆ। ਤਾਂ ਆਪਾਂ ਇਲੈਕਟ੍ਰੋਨ ਦੀ ਜਿਹੜੀ ਡਾਇਰੈਕਸ਼ਨ ਆ ਉਹ ਨੈਗੇਟਿਵ ਤੋਂ ਪੋਜ਼ਿਟਿਵ ਵਾਲੇ ਪਾਸੇ ਆਏਗਾ, ਇਸ ਡਾਇਰੈਕਸ਼ਨ ਨੂੰ ਇਹਨੂੰ ਆਪਾਂ ਇਲੈਕਟ੍ਰੋਨਿਕ ਕਰੰਟ ਕਹਿ ਦਿੰਦੇ ਹਾਂ, ਜਾਂ ਕਿ ਵੀ ਇਹ ਇਲੈਕਟ੍ਰੋਨਸ ਦੇ ਕਰਕੇ ਜਿਹੜਾ ਕਰੰਟ ਹੈ ਵੀ ਆ ਉਹ ਕਰੰਟ ਹੈ, ਠੀਕ। ਪਰ ਮੈਂ ਜਿਹੜਾ ਆਪਾਂ ਜਿਹੜੀ ਕਨਵੈਨਸ਼ਨਲ ਕਰੰਟ ਆਪਾਂ ਯੂਜ਼ ਕਰਦੇ ਹਾਂ, ਜਿਹੜੇ ਇਲੈਕਟ੍ਰਿਕ ਕਰੰਟ ਬਾਰੇ ਆਪਾਂ ਅੱਗੇ ਗੱਲ ਕਰਦੇ ਰਹਾਂਗੇ, ਉਹ ਆਹ ਵਾਲਾ ਕਰੰਟ ਨਹੀਂ, ਆਪਾਂ ਇਹਦੇ ਓਪੋਜ਼ਿਟ ਡਾਇਰੈਕਸ਼ਨ ਲੈ ਕੇ ਚੱਲਦੇ ਹਾਂ, ਕਿਉਂਕਿ ਅਸੀਂ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਨੂੰ ਹੀ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਮੰਨਦੇ ਹਾਂ। ਜਾਂ ਫਿਰ ਮੈਂ ਬਹੁਤ ਥੋੜ੍ਹਾ ਹੋਰ ਤਰੀਕੇ ਨਾਲ ਤੁਹਾਨੂੰ ਗੱਲ ਕਰਦਾ ਕਿ ਜਿਹੜਾ ਤਾਂ ਨੈਗੇਟਿਵ ਚਾਰਜ ਹੈ, ਦੇਖੋ ਨੈਗੇਟਿਵ ਚਾਰਜ,
ਨੈਗੇਟਿਵ ਚਾਰਜ ਇੱਧਰ ਪਾਸੇ ਮੂਵ ਕਰੂਗਾ, ਕਿਉਂ? ਕਿਉਂਕਿ ਨੈਗੇਟਿਵ ਟਰਮੀਨਲ ਤੋਂ ਪੋਜ਼ਿਟਿਵ ਟਰਮੀਨਲ ਵਾਲੇ ਪਾਸੇ ਨੂੰ, ਅਤੇ ਜਿਹੜਾ ਪੋਜ਼ਿਟਿਵ ਚਾਰਜ ਆ, ਪੋਜ਼ਿਟਿਵ ਚਾਰਜ ਇੱਧਰ ਨੂੰ ਮੂਵ ਕਰੂਗਾ ਉਹਦੇ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ 'ਚ। ਅਤੇ ਅਸੀਂ ਕੀ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਇਲੈਕਟ੍ਰੋਸਟੈਟਿਕਸ ਵੀ ਕੀਤਾ ਸੀ, ਅਸੀਂ ਜਦੋਂ ਟੈਸਟ ਚਾਰਜ ਲੈਂਦੇ ਸੀ ਤਾਂ ਪੋਜ਼ਿਟਿਵ ਚਾਰਜ ਲੈਂਦੇ ਸੀ, ਅਸੀਂ ਇਲੈਕਟ੍ਰਿਕ ਪੋਟੈਂਸ਼ੀਅਲ ਲਈ ਪੋਜ਼ਿਟਿਵ ਚਾਰਜ ਨੂੰ ਇਨਫਿਨਿਟੀ ਤੋਂ ਲੈ ਕੇ ਆਉਂਦੇ ਸੀ ਉਸ ਪੁਆਇੰਟ 'ਤੇ। ਸੋ ਆਪਾਂ ਹਰ ਜਗ੍ਹਾ 'ਤੇ ਜਿਹੜਾ ਪੋਜ਼ਿਟਿਵ ਚਾਰਜ ਦੇ ਹਿਸਾਬ ਨਾਲ ਇਲੈਕਟ੍ਰਿਕ ਫੀਲਡ ਜਾਂ ਉਹਨਾਂ ਦੀ ਡਾਇਰੈਕਸ਼ਨ ਤੈਅ ਕਰਦੇ ਸੀ। ਇੱਥੇ ਵੀ ਅਸੀਂ ਕੀ ਕਰਾਂਗੇ ਵੀ ਅਸੀਂ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਨੂੰ ਹੀ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਮੰਨ ਕੇ ਚੱਲਾਂਗੇ, ਕਿਉਂਕਿ ਐਂ ਤਾਂ ਫਿਰ ਦੋਨੋਂ ਹੀ ਪਾਸੇ ਮੋਸ਼ਨ ਹੋ ਰਿਹਾ, ਪੋਜ਼ਿਟਿਵ ਚਾਰਜ ਵੀ ਫਲੋ ਕਰ ਰਿਹਾ, ਨੈਗੇਟਿਵ ਚਾਰਜ ਵੀ ਫਲੋ ਕਰ ਰਿਹਾ। ਆਹ ਜਿਹੜੀ ਡਾਇਰੈਕਸ਼ਨ ਹੋਏਗੀ ਇਹ ਹੋਏਗੀ ਸਾਡਾ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ, ਇਹਨੂੰ ਅਸੀਂ ਕਹਿੰਦੇ ਹਾਂ ਕਨਵੈਨਸ਼ਨਲ ਕਰੰਟ। ਵੀ ਅਸੀਂ ਬੇਸਿਕਲੀ ਤਾਂ ਦੋਨੋਂ ਪਾਸੇ ਚਾਰਜ ਮੂਵ ਕਰ ਰਿਹਾ, ਕਿਉਂਕਿ ਮੈਂ ਤੁਹਾਨੂੰ ਕੱਲ੍ਹ ਸਮਝਾਇਆ ਸੀ ਜਾਂ ਆਪਣੇ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਮੈਂ ਕਿ ਇਲੈਕਟ੍ਰਿਕ ਕਰੰਟ ਇਜ਼ ਦਾ ਰੇਟ ਆਫ ਫਲੋ ਆਫ ਚਾਰਜ, ਵੀ ਚਾਰਜ ਦੇ ਫਲੋ ਕਰਨ ਦੀ ਜਿਹੜੀ ਰੇਟ ਹੈ ਵਿਦ ਰਿਸਪੈਕਟ ਟੂ ਟਾਈਮ, ਉਹ ਜਿਹੜੀ ਹੈ ਰੇਟ, ਉਹਨੂੰ ਆਪਾਂ ਇਲੈਕਟ੍ਰਿਕ ਕਰੰਟ ਕਹਿੰਦੇ ਹਾਂ। ਪਰ ਮੈਂ ਇਹ ਤਾਂ ਦੱਸਿਆ ਹੀ ਨਹੀਂ ਸੀ ਕਿ ਕਿਹੜਾ ਚਾਰਜ, ਪੋਜ਼ਿਟਿਵ ਚਾਰਜ ਕਿ ਨੈਗੇਟਿਵ ਚਾਰਜ। ਅੱਜ ਮੈਂ ਇਹ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਐਂ ਤਾਂ ਨੈਗੇਟਿਵ ਚਾਰਜ ਫਲੋ ਕਰਦਾ ਆ, ਅਤੇ ਆਪਾਂ ਇਹਦੀ ਡ੍ਰਿਫਟ ਵਲੋਸਿਟੀ ਬਾਰੇ ਗੱਲ ਵੀ ਕਰਦੇ ਹਾਂ, ਅਤੇ ਪੋਜ਼ਿਟਿਵ ਚਾਰਜ ਉਹਦੇ ਓਪੋਜ਼ਿਟ ਡਾਇਰੈਕਸ਼ਨ 'ਚ ਫਲੋ ਕਰਦਾ ਆ। ਅਤੇ ਅਸੀਂ ਕੀ ਕਰਦੇ ਹਾਂ, ਅਸੀਂ ਕਨਵੈਨਸ਼ਨਲ ਕਰੰਟ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਨੂੰ ਮੰਨਦੇ ਹਾਂ, ਇਸੇ ਲਈ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਉਹੀ ਮੰਨੀ ਜਾਏਗੀ ਜਿਹੜੀ ਡਾਇਰੈਕਸ਼ਨ ਦੇ ਵਿੱਚ ਪੋਜ਼ਿਟਿਵ ਚਾਰਜ ਫਲੋ ਕਰ ਰਿਹਾ ਹੋਏਗਾ। ਫੋਰ ਐਗਜ਼ਾਮਪਲ, ਜੇ ਮੈਂ ਕਿਸੇ ਸੋਲਿਊਸ਼ਨ ਦੇ ਵਿੱਚ ਗੱਲ ਕਰਾਂ, ਇੱਕ ਸੋਲਿਊਸ਼ਨ ਵਿੱਚ ਮੰਨ ਲਓ ਸੋਡੀਅਮ ਅਤੇ ਕਲੋਰਾਈਡ ਆਪਾਂ ਦੋ ਇੱਕ ਸਾਲਟ ਵਿੱਚ ਪਾਇਆ ਹੋਇਆ, ਬਹੁਤ ਸਾਰੇ ਸੋਡੀਅਮ ਅਤੇ ਬਹੁਤ ਸਾਰੇ ਕਲੋਰਾਈਡ ਨੇ, ਅਤੇ ਮੈਂ ਇੱਥੇ ਮੰਨ ਲਓ ਇਹਦੇ ਵਿੱਚ ਸੋਲਿਊਸ਼ਨ ਦੇ ਵਿੱਚ ਦੋ ਟਰਮੀਨਲਸ ਵਿੱਚ ਬੈਟਰੀ ਲਗਾ ਦਿੰਦਾ ਹਾਂ ਇਸ ਤਰ੍ਹਾਂ, ਅਤੇ ਪੋਜ਼ਿਟਿਵ ਟਰਮੀਨਲ ਦੇ ਕਰਕੇ ਇੱਥੇ ਪੋਜ਼ਿਟਿਵ ਚਾਰਜ ਆਜੂਗਾ, ਅਤੇ ਆਹ ਜਿਹੜਾ ਆ ਕਲੋਰਾਈਡ ਇਹ ਇੱਧਰ ਪਾਸੇ ਭੱਜੂਗਾ, ਅਤੇ ਕਿਉਂਕਿ ਇੱਧਰ ਨੈਗੇਟਿਵ ਟਰਮੀਨਲ ਆ, ਨੈਗੇਟਿਵ ਨੂੰ ਕੌਣ ਅਟਰੈਕਟ ਕਰੂਗਾ? ਪੋਜ਼ਿਟਿਵ, ਆਹ ਸੋਡੀਅਮ ਇੱਧਰਲੇ ਪਾਸੇ ਭੱਜੂਗਾ। ਸੋ ਦੇਖੋ, ਨੈਗੇਟਿਵ ਆਇਨਸ ਦੀ ਡਾਇਰੈਕਸ਼ਨ ਅਤੇ ਪੋਜ਼ਿਟਿਵ ਆਇਨ ਦੀ ਡਾਇਰੈਕਸ਼ਨ ਬਿਲਕੁਲ ਅਲੱਗ ਅਲੱਗ ਆ, ਓਪੋਜ਼ਿਟ ਆ, ਪਰ ਅਸੀਂ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਕਿਹੜੀ ਮੰਨਾਂਗੇ ਫਿਰ? ਪੋਜ਼ਿਟਿਵ ਵਾਲੀ ਡਾਇਰੈਕਸ਼ਨ, ਆਹ ਵਾਲੀ ਡਾਇਰੈਕਸ਼ਨ ਮੰਨੀ ਜਾਊਗੀ ਵੀ ਜਿਹੜਾ ਇਲੈਕਟ੍ਰਿਕ ਕਰੰਟ ਇੱਥੇ ਫਲੋ ਕਰ ਰਿਹਾ ਉਹ ਅਸਲ ਵਿੱਚ ਇਸ ਡਾਇਰੈਕਸ਼ਨ 'ਚ ਫਲੋ ਕਰ ਰਿਹਾ। ਅਤੇ ਬੈਟਰੀ ਤੋਂ ਫਿਰ ਉਸ ਅਕੋਰਡਿੰਗ ਆਪਾਂ ਮੰਨਦੇ ਹਾਂ ਕਿ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ ਕਰੰਟ ਨਿਕਲਦਾ ਆ, ਐਂ ਫਲੋ ਕਰਕੇ ਇੱਧਰੋਂ ਵਾਪਸ ਆ ਜਾਂਦਾ ਹੈ। ਸੋ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਮੰਨੀ ਜਾਊਗੀ ਜੋ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਹੁੰਦੀ ਹੈ। ਪਰ ਇਹਦੇ 'ਚ ਇੱਕ ਕਨਫਿਊਜ਼ਨ ਆ, ਇੱਕ ਕਨਫਿਊਜ਼ਨ ਆ ਕਿ ਇੱਥੇ ਤਾਂ ਮੈਨੂੰ ਦਿਖ ਰਿਹਾ ਕਿ ਪੋਜ਼ਿਟਿਵ ਆਇਨ ਫਲੋ ਕੀਤਾ, ਪੋਜ਼ਿਟਿਵ ਆਇਨ ਪੂਰਾ ਦਾ ਪੂਰਾ ਸੋਡੀਅਮ ਪੋਜ਼ਿਟਿਵ ਆਇਨ ਪਾਣੀ ਦੇ ਵਿੱਚ ਜਾਂ ਸੋਲਿਊਸ਼ਨ ਦੇ ਵਿੱਚ ਆਪ ਚੱਲ ਕੇ ਗਿਆ ਦੂਜੇ ਪਾਸੇ, ਅਤੇ ਕਲੋਰਾਈਡ ਪੂਰਾ ਦਾ ਪੂਰਾ ਆਇਨ ਉੱਧਰੋਂ ਚੱਲ ਕੇ ਇੱਧਰ ਨੂੰ ਆਇਆ, ਇਹ ਮੈਨੂੰ ਦਿਖਦਾ ਹੈ। ਪਰ ਕੰਡਕਟਰਸ ਵਿੱਚ ਪੋਜ਼ਿਟਿਵ ਚਾਰਜ ਕਿੱਥੇ ਆ? ਕੰਡਕਟਰ 'ਚ ਪੋਜ਼ਿਟਿਵ ਚਾਰਜ ਕਿੱਥੇ ਮੂਵ ਕਰ ਰਿਹਾ? ਕਿਉਂਕਿ ਸਾਨੂੰ ਇਹ ਪਤਾ ਕਿ ਕੰਡਕਟਰ ਦੇ ਵਿੱਚ ਜਿਹੜੇ ਚਾਰਜ ਕੈਰੀਅਰ ਹੁੰਦੇ ਨੇ ਉਹ ਇੱਕੋ ਹੀ ਤਰ੍ਹਾਂ ਦੇ ਹੁੰਦੇ ਨੇ, ਅਤੇ ਉਹ ਇੱਕ ਤਰ੍ਹਾਂ ਕਿਹੜੇ ਆ? ਇਲੈਕਟ੍ਰੋਨਸ, ਫਰੀ ਇਲੈਕਟ੍ਰੋਨਸ। ਨੈਗੇਟਿਵ ਚਾਰਜ ਦਾ ਮੋਸ਼ਨ ਸਮਝ ਆਉਂਦਾ ਸਾਰਿਆਂ ਨੂੰ ਕਿ ਉੱਧਰ ਵਾਧੂ ਇਲੈਕਟ੍ਰੋਨ ਸੀ, ਇੱਧਰ ਘੱਟ ਸੀ, ਇਲੈਕਟ੍ਰੋਨ ਉੱਧਰੋਂ ਇੱਧਰ ਆ ਗਏ, ਪਰ ਆਹ ਨਹੀਂ ਗੱਲ ਸਮਝ ਆਉਂਦੀ ਕਿ ਇੱਥੋਂ ਪੋਜ਼ਿਟਿਵ ਚਾਰਜ ਮੋਸ਼ਨ 'ਚ ਉੱਧਰ ਕਿਵੇਂ ਗਿਆ? ਪੋਜ਼ਿਟਿਵ ਚਾਰਜ ਦਾ ਡੈਫੀਸ਼ੀਐਂਸੀ ਹੈ, ਇੱਕ ਡੈਫੀਸ਼ੀਐਂਸੀ ਕਿਵੇਂ ਮੂਵ ਕਰਦੀ ਆ, ਕਿਵੇਂ ਮੋਸ਼ਨ 'ਚ ਆਉਂਦੀ ਹੈ? ਇਸ ਗੱਲ ਨੂੰ ਸਮਝਣ ਲਈ ਮੈਂ ਇੱਕ ਐਗਜ਼ਾਮਪਲ ਲੈਣਾ ਛੋਟੀ ਜੀ, ਅਤੇ ਉਸ ਐਗਜ਼ਾਮਪਲ ਤੋਂ ਬਾਅਦ ਆਪਾਂ ਇੱਥੇ ਵਾਪਸ ਆਉਂਦੇ ਹਾਂ, ਇੱਥੇ ਫਿੱਟ ਕਰਦੇ ਹਾਂ ਆਪਣੀ ਗੱਲ ਨੂੰ। ਸੋ ਦੇਖੋ ਕੀ, ਦੇਖੋ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਡੈਫੀਸ਼ੀਐਂਸੀ ਕਿਵੇਂ ਮੂਵ ਕਰਦੀ ਹੈ। ਉਹਦੇ ਲਈ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਗੱਲ ਕਰਦਾ ਤੁਹਾਡੇ ਨਾਲ। ਇਹ ਐਟਮ ਨਹੀਂ ਹੈਗੇ, ਪਹਿਲੀ ਗੱਲ ਤਾਂ ਇਹ ਸਮਝ ਲਓ ਤੁਸੀਂ, ਕਿਉਂਕਿ ਇਹਦੇ ਵਿਚਕਾਰ ਮੈਂ ਉਹ ਬਣਾਇਆ ਨਾ, ਤੁਹਾਨੂੰ ਲੱਗੇਗਾ ਨਿਊਕਲੀਅਸ ਅਤੇ ਐਟਮ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ ਸਮਝੋ, ਮੇਰੀ ਡਰਾਇੰਗ ਬਹੁਤ ਹੀ ਚੰਗੀ ਨਹੀਂ ਕਿ ਮੈਂ ਕੁਰਸੀਆਂ ਬਣਾ ਨਹੀਂ ਸਕਦਾ, ਮੈਂ ਕੁਰਸੀਆਂ ਬਣਾਉਣੀਆਂ ਸੀ ਅਤੇ ਉਹ ਮੈਂ ਇਸ ਲਈ ਇੱਦਾਂ ਬਣਾਤਾ, ਇਸ ਲਈ ਤੁਸੀਂ ਗੱਲ ਸਮਝ ਲਓ ਇਸ ਨੂੰ। ਆ ਇੱਥੇ ਕੀ ਹੈ, 6 ਕੁਰਸੀਆਂ ਨੇ ਜਿਨ੍ਹਾਂ 'ਤੇ ਕੋਈ ਬੈਠਾ ਨਹੀਂ ਹੈ, ਇੱਕ ਹਾਲ ਆ,
ਇਸ ਜਗ੍ਹਾ ਤੇ 6 ਕੁਰਸੀਆਂ ਖਾਲੀ ਪਈਆਂ ਨੇ, ਉਹਨਾਂ ਤੇ ਕੋਈ ਬੈਠਾ ਨਹੀਂਗਾ। ਆ ਇੱਕ ਲਾਈਨ ਬਣੀ ਹੋਈ ਆ ਬਹੁਤ ਸਾਰੀ ਕੁਰਸੀਆਂ ਦੀ, ਇਹਨਾਂ ਕੁਰਸੀਆਂ ਤੇ ਸਾਰੀਆਂ ਤੇ ਕੋਈ ਨਾ ਕੋਈ ਬੈਠਾ ਆ, ਠੀਕ ਆ। ਮੰਨ ਲਓ ਵਿਦਿਆਰਥੀ ਨੇ ਕਿਸੇ ਹਾਲ ਦੇ ਵਿੱਚ, ਉਸ ਹਾਲ ਦੇ ਵਿੱਚ ਇੱਕ ਸਾਈਡ ਤੇ 6 ਕੁਰਸੀਆਂ ਖਾਲੀ ਪਈਆਂ ਨੇ, ਇੱਥੇ ਸਾਰੀਆਂ ਕੁਰਸੀਆਂ ਤੇ ਕੋਈ ਨਾ ਕੋਈ ਬੱਚਾ ਬੈਠਾ ਆ, ਇੱਥੇ ਵੀ 6 ਕੁਰਸੀਆਂ ਨੇ, ਇਹਨਾਂ ਤੇ ਸਾਰੇ ਬੱਚੇ ਬੈਠੇ ਆ, ਤੇ 6 ਬੱਚੇ ਇੱਥੋਂ ਆ ਕੇ ਇੱਥੇ 1, 2, 3, 4, 5, 6 ਬੱਚੇ ਇੱਥੇ ਖੜ੍ਹੇ ਨੇ, 6 ਬੱਚੇ ਇੱਥੇ ਖੜ੍ਹੇ ਨੇ, 6 ਕੁਰਸੀਆਂ ਇੱਥੇ ਖਾਲੀ ਨੇ। ਇੱਕ ਪਾਸੇ ਕੁਰਸੀਆਂ ਦੀ ਕਮੀ ਆ, ਡੈਫੀਸੈਂਸੀ ਆ, ਇੱਕ ਪਾਸੇ ਕੁਰਸੀਆਂ ਵਾਧੂ ਨੇ। ਇੱਕ ਪਾਸੇ ਵਿਦਿਆਰਥੀਆਂ ਦੀ ਕਮੀ ਆ, ਇੱਕ ਪਾਸੇ ਵਿਦਿਆਰਥੀ 6 ਵਾਧੂ ਨੇ, ਅਤੇ ਇਹ ਖੜ੍ਹੇ ਨੇ। ਆਪਾਂ ਚਾਹੁੰਦੇ ਹਾਂ ਵੀ ਮਤਲਬ ਬਿਲਕੁਲ ਬੈਲੈਂਸ ਹੋ ਜਾਵੇ ਅਤੇ ਡੈਫੀਸੈਂਸੀਜ਼ ਇੱਕ ਦੂਜੇ ਨੂੰ ਸੈਟਿਸਫਾਈ ਕਰ ਦੇਣ, ਆਹ 6 ਬੱਚੇ ਇੱਥੇ ਚੱਲ ਕੇ ਜਾ ਕੇ ਬੈਠ ਜਾਣ। ਹੁਣ ਦੇਖੋ ਸਾਰਿਆਂ ਦਾ ਬੈਠ ਜਾਣਾ ਜ਼ਰੂਰੀ ਹੈ ਮੇਰੇ ਲਈ, ਕਿਉਂਕਿ ਚਾਰਜ, ਜਿਵੇਂ ਆਪਾਂ ਇਲੈਕਟ੍ਰਿਕ ਚਾਰਜ ਦੀ ਗੱਲ ਕਰਦੇ, ਚਾਰਜ ਇਹ ਹੈ ਕਿ ਵੀ ਜਿਹਦੇ ਕੋਲ ਨੈਗੇਟਿਵ ਚਾਰਜ ਆ ਉਹਦਾ ਨੈਗੇਟਿਵ ਲੈ ਜਾਵੇ ਕੋਈ, ਅਤੇ ਜਿਹਦੇ ਕੋਲ ਪੋਜ਼ਿਟਿਵ ਆ ਉਹਨੂੰ ਨੈਗੇਟਿਵ ਮਿਲ ਜਾਵੇ, ਤਾਂ ਕਿ ਉਹਦਾ ਵੀ ਸੈਟਿਸਫਾਈ ਹੋ ਜਾਵੇ। ਹੁਣ ਕੀ ਹੋ ਸਕਦਾ, ਮੈਂ ਇਹ ਕਹਿ ਰਿਹਾ, ਮੈਂ ਕਿਹਾ 2 ਗੱਲਾਂ ਗੱਲ ਕਰਦਾ ਵੀ ਆਹ ਜਿਹੜਾ ਵਿਦਿਆਰਥੀ ਆ, ਇਹ ਵਿਦਿਆਰਥੀ ਇੱਥੋਂ ਚੱਲ ਕੇ ਜਾਵੇ ਅਤੇ ਇੱਥੇ ਬਹਿ ਜਾਵੇ ਜਾ ਕੇ। ਇੱਕ ਤਾਂ ਆਹ ਗੱਲ ਹੋ ਸਕਦੀ ਆ ਵੀ ਆਹ ਜਿਹੜਾ ਵਿਦਿਆਰਥੀ ਆ ਇੱਥੋਂ ਚੱਲ ਕੇ ਜਾਵੇ ਅਤੇ ਇੱਥੇ ਬਹਿ ਜਾਵੇ ਇਸ ਕੁਰਸੀ 'ਤੇ, ਅਤੇ ਇੱਕ ਇਹ ਗੱਲ ਹੋ ਸਕਦੀ ਕੁਰਸੀ ਇੱਥੋਂ ਤੁਰ ਕੇ ਆਵੇ ਇੱਥੇ ਅਤੇ ਇੱਥੇ ਵਿਦਿਆਰਥੀ ਉੱਤੇ ਬਹਿ ਜਾਵੇ। ਇਹ ਦੋਨੋਂ ਗੱਲਾਂ ਜੇ ਹੋ ਜਾਣ ਤਾਂ ਇਹ ਹੋ ਜੂਗਾ। ਤੁਹਾਨੂੰ ਪਤਾ ਕਿ ਕੁਰਸੀ ਚੱਲ ਕੇ ਆ ਸਕਦੀ ਇੱਥੇ? ਕੁਰਸੀ ਨਹੀਂ ਚੱਲ ਸਕਦੀ, ਕੁਰਸੀ ਮੋਬਾਈਲ ਨਹੀਂ ਹੈਗੀ, ਆਈ ਮੀਨ ਉਹ ਮੂਵ ਨਹੀਂ ਕਰ ਸਕਦੀ, ਵਿਦਿਆਰਥੀ ਮੂਵ ਕਰ ਸਕਦਾ ਹੈ। ਵਿਦਿਆਰਥੀ ਜੇ ਮੂਵ ਕਰੂਗਾ ਤਾਂ ਉਹਦੇ ਨਾਲ ਕੀ ਹੋਊਗਾ, ਇੱਥੇ 5 ਕੁਰਸੀਆਂ ਖਾਲੀ ਰਹਿ ਜਾਣਗੀਆਂ, ਅਤੇ ਇੱਥੇ ਕਿੰਨੇ ਵਿਦਿਆਰਥੀ ਖੜ੍ਹੇ ਰਹਿਣਗੇ? 5। ਸੋ ਅਸਲ ਵਿੱਚ ਜੇ ਇੱਕ ਵਿਦਿਆਰਥੀ ਇੱਥੋਂ ਇੱਥੇ ਚਲਾ ਜਾਂਦਾ ਆ ਤਾਂ ਅਸਲ ਵਿੱਚ ਇੱਥੇ ਜਿਵੇਂ ਮੈਂ ਕਹਾਂ 6 ਐਮਪਟੀ ਸਪੇਸ ਨੇ ਅਤੇ ਇੱਥੇ 6 ਸਟੂਡੈਂਟ ਹੈਗੇ ਨੇ। ਅਸਲ ਵਿੱਚ ਤਾਂ ਇਹ ਹੋਊਗਾ ਕਿ ਇੱਥੋਂ ਇੱਕ ਵਿਦਿਆਰਥੀ ਉੱਥੇ ਜਾ ਕੇ ਇੱਕ ਕੁਰਸੀ 'ਤੇ ਬਹਿ ਜੂਗਾ। ਸੋ ਮੰਨ ਲਓ ਇੱਥੋਂ ਇੱਕ ਵਿਦਿਆਰਥੀ ਚਲਾ ਗਿਆ ਅਤੇ ਜਾ ਕੇ ਇੱਥੇ ਬਹਿ ਗਿਆ। ਹੁਣ ਸਿਚੁਏਸ਼ਨ ਕੀ ਰਹਿ ਗਈ? ਹੁਣ ਇੱਥੇ 5 ਸਟੂਡੈਂਟ ਰਹਿ ਗਏ ਬਸ, ਅਤੇ ਇੱਥੇ 5 ਐਮਪਟੀ ਸਪੇਸ ਰਹਿ ਗਏ। ਸੋ ਗੱਲ ਬਸ ਇਹ ਆ, ਇਸੇ ਤਰ੍ਹਾਂ ਪੋਜ਼ਿਟਿਵ ਚਾਰਜ ਅਤੇ ਨੈਗੇਟਿਵ ਚਾਰਜ ਮੂਵ ਕਰਦੇ ਨੇ, ਕਿ ਅਸਲ ਵਿੱਚ ਤਾਂ ਨੈਗੇਟਿਵ ਚਾਰਜ ਹੀ ਮੂਵ ਕਰਦਾ ਆ, ਅਸਲ ਵਿੱਚ ਇਲੈਕਟ੍ਰੋਨ ਹੀ ਮੂਵ ਕਰਦਾ ਆ, ਤਾਰ ਦੇ ਵਿੱਚ ਇਲੈਕਟ੍ਰੋਨ ਹੀ ਮੂਵ ਕਰਦਾ ਆ, ਪਰ ਜਿੱਧਰ ਨੂੰ ਇਲੈਕਟ੍ਰੋਨ ਮੂਵ ਕਰਦਾ ਆ ਉਹਦੇ ਓਪੋਜ਼ਿਟ ਡਾਇਰੈਕਸ਼ਨ 'ਚ ਅਸੀਂ ਮੰਨ ਲੈਂਦੇ ਹਾਂ ਕਿ ਇੱਕ ਡੈਫੀਸੈਂਸੀ ਮੂਵ ਕਰਕੇ ਇੱਥੇ ਆ ਗਈ ਆ, ਕੁਰਸੀ ਇੱਥੇ ਤੁਰ ਕੇ ਨਹੀਂ ਆਈ, ਕਿਉਂਕਿ ਦੇਖਣ ਵਾਲਾ ਆਪਾਂ ਮਤਲਬ ਇਹਨਾਂ ਨੂੰ ਗਿਣ ਨਹੀਂ ਸਕਦੇ, ਆਪਾਂ ਸਿਰਫ ਇਹ ਦੇਖ ਸਕਦੇ ਕਿੰਨੀਆਂ ਕੁਰਸੀਆਂ ਖਾਲੀ ਨੇ। ਮੈਂ ਬਸ ਇਹ ਦੇਖ ਸਕਦਾ ਇੱਥੇ 6 ਕੁਰਸੀਆਂ ਖਾਲੀ ਨੇ, ਅਤੇ ਥੋੜ੍ਹੀ ਦੇਰ ਬਾਅਦ ਮੈਂ ਦੁਬਾਰਾ ਦੇਖਦਾ ਇੱਥੇ 5 ਕੁਰਸੀਆਂ ਖਾਲੀ ਨੇ, ਮੈਂ ਕਹਾਂਗਾ ਇੱਕ ਕੁਰਸੀ ਚਲੇਗੀ, ਇੱਕ ਕੁਰਸੀ ਤੋਂ ਗਾਇਬ ਹੋ ਗਈ ਜਿਹੜੀ ਖਾਲੀ ਕੁਰਸੀ ਸੀ, ਪਰ ਅਸਲ ਵਿੱਚ ਖਾਲੀ ਕੁਰਸੀ ਗਾਇਬ ਨਹੀਂ ਹੋਈ, ਉਹ ਭਰੀ ਗਈ, ਇਸ ਲਈ ਤੁਹਾਨੂੰ ਹੁਣ ਦਿਖ ਨਹੀਂ ਰਹੀ। ਆਹ ਖਾਲੀ ਕੁਰਸੀ ਗਾਇਬ ਹੋ ਗਈ ਅਤੇ ਮੈਂ ਕਹਾਂਗਾ ਕਿੱਥੇ ਗਈ ਹੋਣੀ ਉਹ? ਫਿਰ ਮੈਨੂੰ ਨਜ਼ਰ ਪੈਂਦੀ ਇੱਧਰ ਪਾਸੇ, ਮੈਂ ਕਿਹਾ ਇੱਥੇ ਤਾਂ 6 ਵਿਦਿਆਰਥੀ ਖੜ੍ਹੇ ਸੀ, ਹੁਣ ਤਾਂ 5 ਹੀ ਖੜ੍ਹੇ ਆ। ਅੱਛਾ, ਇਹਦਾ ਮਤਲਬ ਕੁਰਸੀ ਉੱਧਰੋਂ ਤੁਰ ਕੇ ਇੱਧਰ ਆ ਗਈ ਹੈ, ਮੈਂ ਬਿਲਕੁਲ ਉਲਟਾ ਸੋਚ ਰਿਹਾ, ਜਦਕਿ ਇੱਦਾਂ ਤਾਂ ਹੋਇਆ ਨਹੀਂ ਹੈ, ਹੋਇਆ ਇਹ ਆ ਵੀ ਇਲੈਕਟ੍ਰੋਨ ਸਟੂਡੈਂਟ ਮੂਵ ਕਰਕੇ ਇੱਧਰ ਗਿਆ ਵਾ, ਪਰ ਮੈਂ ਇਸ ਗੱਲ ਨੂੰ ਐਂ ਸਮਝ ਰਿਹਾ ਕਿ ਜਿਵੇਂ ਕੁਰਸੀ ਮੂਵ ਕਰਕੇ ਇੱਧਰ ਆਈ ਹੈ। ਸੋ ਇਹੀ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਕਿ ਜਦੋਂ ਨੈਗੇਟਿਵ ਚਾਰਜ ਮੂਵ ਕਰਦਾ ਹੈ, ਮੂਵ ਤਾਂ ਨੈਗੇਟਿਵ ਚਾਰਜ ਹੀ ਕਰਦਾ ਹੈ, ਪਰ ਇਹ ਮੰਨ ਸਕਦੇ ਹਾਂ ਅਸੀਂ ਕਿ ਉਹਦੇ ਓਪੋਜ਼ਿਟ ਡਾਇਰੈਕਸ਼ਨ 'ਚ ਪੋਜ਼ਿਟਿਵ ਚਾਰਜ ਮੂਵ ਕੀਤਾ ਹੈ, ਕਿਉਂਕਿ ਉਹਦੇ ਨਾਲ ਦੋਨੋਂ ਪਾਸੇ ਦਾ ਜਿਹੜਾ ਬੈਲੈਂਸ ਸੀਗਾ ਉਹਨਾਂ ਦਾ ਚਾਰਜਿਸ ਦਾ, ਉਹ ਉਸੇ ਤਰ੍ਹਾਂ ਹੀ ਚੇਂਜ ਹੋਇਆ ਵਾ ਜਿਸ ਤਰ੍ਹਾਂ ਪਹਿਲਾਂ ਚੇਂਜ ਹੋਣਾ ਸੀ। ਹੁਣ ਅਸਲ ਵਿੱਚ ਵਿਦਿਆਰਥੀ ਵੀ ਮੰਨ ਲਓ, ਹੁਣ ਜੇ ਮੈਂ ਤੁਹਾਨੂੰ ਇਲੈਕਟ੍ਰੋਨਸ ਦੀ ਸਮਝਾਵਾਂ ਭਾਸ਼ਾ 'ਚ ਕਿ ਇਲੈਕਟ੍ਰੋਨਸ ਕਿਵੇਂ ਮੂਵ ਕਰਦੇ ਹੋਣੇ, ਅਸਲ ਵਿੱਚ ਪਤਾ ਕੀ ਹੁੰਦਾ ਹੋਣਾ। ਹੁਣ ਮੰਨ ਲਓ ਆਹ ਜਿਹੜਾ ਵਿਦਿਆਰਥੀ ਆ ਇਸ ਕੁਰਸੀ ਦੇ ਨੇੜੇ ਬੈਠਾ,
ਇਹ ਵਿਦਿਆਰਥੀ ਇੱਥੋਂ ਇਸ ਕੁਰਸੀ 'ਤੇ ਬੈਠ ਜਾਂਦਾ ਹੈ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਜ਼ਿਆਦਾ ਹੋਰ ਨੇੜੇ ਲੈ ਕੇ ਜਾਣਾ ਚਾਹੀਦਾ। ਆਹ ਜਿਹੜਾ ਵਿਦਿਆਰਥੀ ਹੈ, ਆਹ ਇੱਥੋਂ ਜਾ ਕੇ ਇਸ ਕੁਰਸੀ 'ਤੇ ਬੈਠ ਜਾਂਦਾ ਹੈ। ਹੁਣ ਆਹ ਵਿਦਿਆਰਥੀ ਇਸ ਕੁਰਸੀ 'ਤੇ ਬੈਠ ਜਾਂਦਾ ਆ, ਇਹ ਇੱਥੇ ਬੈਠ ਜਾਂਦਾ ਵਾ, ਐਂ ਕਰਦੇ ਕਰਦੇ ਇੱਥੇ ਬੈਠ ਜਾਂਦਾ ਵਾ, ਆਹ ਫਿਰ ਇੱਥੇ ਬੈਠ ਜਾਂਦਾ ਵਾ, ਇੱਥੇ ਖਾਲੀ ਹੋ ਜਾਂਦਾ ਵਾ, ਆਹ ਇੱਥੇ ਬੈਠ ਜਾਂਦਾ ਵਾ, ਆਹ ਖਾਲੀ ਹੋ ਜਾਂਦਾ, ਆਹ ਇੱਥੇ ਬੈਠ ਜੂਗਾ, ਆਹ ਖਾਲੀ ਹੁੰਦਾ, ਇੱਥੇ ਆਹ ਬੈਠ ਜਾਂਦਾ ਵਾ। ਬਿਲਕੁਲ ਨੇੜੇ, ਜ਼ਰੂਰੀ ਨਹੀਂ ਹੈਗਾ ਕਿ ਐਂ ਤਾਂ ਤੁਰ ਕੇ ਜਾ ਕੇ ਉੱਥੇ ਬੈਠੇ, ਮਤਲਬ ਇੱਕ ਦੂਜੇ ਦੀ ਜਗ੍ਹਾ ਬਦਲਦੇ 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 ਉੱਧਰੋਂ ਇੱਧਰ ਆ ਗਏ। ਹੁਣ ਦੇਖੋ, ਹੁਣ ਕਿੰਨੇ ਵਿਦਿਆਰਥੀ ਰਹਿ ਗਏ ਇੱਥੇ? ਚਾਰ ਵਿਦਿਆਰਥੀ ਰਹਿ ਗਏ। ਕੁਰਸੀਆਂ ਕਿੰਨੀਆਂ ਰਹਿ ਗਈਆਂ? ਚਾਰ। ਜਿਹੜਾ ਬੰਦਾ ਤਾਂ ਕੁਰਸੀਆਂ 'ਤੇ ਨਜ਼ਰ ਰੱਖ ਰਿਹਾ ਸੀ ਵੀ 6 ਸੀਗੀਆਂ, ਹੁਣ 5 ਹੋ ਗਈਆਂ, ਹੁਣ 4 ਰਹਿ ਗਈਆਂ, ਉਹ ਕਹਿੰਦਾ ਕੁਰਸੀਆਂ ਗਾਇਬ ਹੋ ਰਹੀਆਂ ਨੇ। ਫਿਰ ਉਹ ਧਿਆਨ ਨਾਲ ਦੇਖਦਾ ਦੂਜੇ ਪਾਸੇ ਕੁਰਸੀਆਂ ਜਾ ਕਿੱਥੇ ਰਹੀਆਂ, ਉਹ ਦੇਖਦਾ ਲੈ ਪਹਿਲਾਂ 6 ਵਿਦਿਆਰਥੀ ਖੜੇ ਸੀ, ਫਿਰ 5 ਖੜੇ ਸੀ, ਹੁਣ 4 ਹੀ ਖੜੇ ਨੇ, ਇਹਦਾ ਮਤਲਬ ਕੁਰਸੀਆਂ ਉਧਰੋਂ ਇੱਧਰ ਆ ਰਹੀਆਂ ਨੇ, ਕੁਰਸੀਆਂ ਨਹੀਂ ਆ ਰਹੀਆਂ। ਜਾਂ ਵਿਦਿਆਰਥੀ ਰਿਹਾ ਪਰ ਉਹਨੂੰ ਐਂ ਲੱਗ ਰਿਹਾ ਕਿ ਕੁਰਸੀਆਂ ਆ ਰਹੀਆਂ ਨੇ। ਇਸ ਲਈ ਜਦੋਂ ਕੋਈ ਇੱਕ ਇਲੈਕਟ੍ਰੋਨ, ਇੱਕ ਨੈਗੇਟਿਵਲੀ ਚਾਰਜ ਇਲੈਕਟ੍ਰੋਨ ਇੱਧਰੋਂ ਮੰਨ ਲਓ ਉੱਧਰ ਜਾਂਦਾ ਆ, ਤਾਂ ਇਹ ਗੱਲ ਬਿਲਕੁਲ ਬਰਾਬਰ ਹੈ ਇਸ ਗੱਲ ਦੇ ਜਿਵੇਂ ਕਿ ਇੱਕ ਪੋਜ਼ਿਟਿਵਲੀ ਚਾਰਜ, ਉਨਾ ਹੀ ਪੋਜ਼ਿਟਿਵ ਚਾਰਜ ਉੱਧਰੋਂ ਇੱਧਰ ਆਉਂਦਾ ਆ। ਸੋ ਇਸ ਲਈ ਸੋਲਿਊਸ਼ਨ ਦੇ ਵਿੱਚ ਸਾਨੂੰ ਦਿਖਦਾ ਹੈ ਕਿ ਆਇਨਸ ਅਸਲ ਵਿੱਚ ਮੂਵ ਕਰਦੇ ਨੇ, ਕੰਡਕਟਰਸ ਦੇ ਵਿੱਚ ਸਾਨੂੰ ਸਿਰਫ ਇਲੈਕਟ੍ਰੋਨਸ ਦੀ ਗੱਲਬਾਤ ਕੀਤੀ ਜਾਂਦੀ ਹੈ ਕਿ ਇਲੈਕਟ੍ਰੋਨਸ ਮੂਵ ਕਰਦੇ ਨੇ, ਪਰ ਇਲੈਕਟ੍ਰੋਨਸ ਦੀ ਓਪੋਜ਼ਿਟ ਡਾਇਰੈਕਸ਼ਨ 'ਚ ਅਸੀਂ ਮੰਨ ਸਕਦੇ ਹਾਂ ਕਿ ਪੋਜ਼ਿਟਿਵ ਈ ਚਾਰਜ ਪਲੱਸ ਈ ਚਾਰਜ ਮੂਵ ਕੀਤਾ ਹੈ, ਉਹੀ ਡਾਇਰੈਕਸ਼ਨ ਹੁੰਦੀ ਹੈ ਸਾਡੀ ਇਲੈਕਟ੍ਰਿਕ ਕਰੰਟ ਦੀ। ਆਹ ਜਿਹੜੀ ਇਗਜ਼ਾਮਪਲ ਸੀ, ਇਸ ਇਗਜ਼ਾਮਪਲ ਨੂੰ ਹੁਣ ਸਮਝ ਕੇ ਹੁਣ ਆਪਾਂ ਕੰਡਕਟਰਸ ਵਿੱਚ ਗੱਲ ਕਰ ਸਕਦੇ, ਕੰਡਕਟਰਸ ਵਿੱਚ ਅਸਲ ਵਿੱਚ ਕਿਵੇਂ ਹੁੰਦਾ ਹੋਏਗਾ ਵੀ ਕੰਡਕਟਰਸ ਵਿੱਚ ਅਸਲ ਵਿੱਚ ਉੱਧਰੋਂ ਇੱਕ ਇਲੈਕਟ੍ਰੋਨ ਐਂਟਰ ਕਰਦਾ ਹੋਏਗਾ ਨੈਗੇਟਿਵ ਵਾਲੇ ਪਾਸੋਂ, ਇੱਧਰੋਂ ਇੱਕ ਇਲੈਕਟ੍ਰੋਨ ਇੱਧਰ ਕੈਪਚਰ ਹੋ ਜਾਂਦਾ ਹੋਣਾ ਅਤੇ ਸਾਰੇ ਇੱਕ ਇੱਕ ਐਟਮ ਅੱਗੇ ਵਧ ਜਾਂਦੇ ਨੇ। ਫਿਰ ਉੱਧਰੋਂ ਇੱਕ ਇਲੈਕਟ੍ਰੋਨ ਹੋਰ ਇੱਧਰ ਆਉਂਦਾ ਆ ਅਤੇ ਇੱਧਰੋਂ ਇੱਕ ਇੱਕ ਅੱਗੇ ਵਧ ਜਾਂਦੇ ਨੇ, ਜਾਂ ਫਿਰ ਇੱਧਰੋਂ ਇੱਕ ਅੱਗੇ ਵੱਧਦਾ ਅਤੇ ਨਾਲ ਹੀ ਅੱਗੇ ਵੱਧਦਾ, ਐਂ ਕਰਦੇ ਕਰਦੇ ਉੱਧਰੋਂ ਇੱਕ ਇਲੈਕਟ੍ਰੋਨ ਹੋਰ ਖਿੱਚ ਲੈਂਦਾ ਨੈਗੇਟਿਵ ਟਰਮੀਨਲ ਤੋਂ ਅਤੇ ਪੂਰੀ ਵਾਇਰ ਦੇ ਵਿੱਚ ਇਲੈਕਟ੍ਰੋਨਸ ਦਾ ਮੋਸ਼ਨ ਸਟਾਰਟ ਹੋ ਜਾਂਦਾ ਹੈ। ਇਲੈਕਟ੍ਰੋਨਸ ਦਾ ਮੋਸ਼ਨ ਇਸ ਦਿਸ਼ਾ ਵਿੱਚ ਹੁੰਦਾ ਆ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਪੋਜ਼ਿਟਿਵ ਚਾਰਜ ਦਾ ਮੋਸ਼ਨ ਉਹਦੇ ਉਲਟ ਦਿਸ਼ਾ ਵਿੱਚ ਹੈ। ਇਸੇ ਲਈ ਜਿਹੜਾ ਕਨਵੈਨਸ਼ਨਲ ਕਰੰਟ ਹੈ ਜੋ ਅਸੀਂ ਮੰਨ ਕੇ ਚੱਲਾਂਗੇ ਅੱਗੇ ਉਹਦੀ ਡਾਇਰੈਕਸ਼ਨ, ਉਹਦੀ ਡਾਇਰੈਕਸ਼ਨ ਅਸੀਂ ਮੰਨ ਕੇ ਚੱਲਦੇ ਹਾਂ ਕਿ ਹਮੇਸ਼ਾ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ ਨੈਗੇਟਿਵ ਵਾਲੇ ਪਾਸੇ ਨੂੰ ਹੁੰਦੀ ਆ ਬਾਹਰਲੇ ਸਰਕਟ ਦੇ ਵਿੱਚ, ਅੰਦਰ ਨਹੀਂ ਬੈਟਰੀ ਦੇ, ਬਾਹਰਲੇ ਸਰਕਟ ਦੇ ਵਿੱਚ। ਸੋ ਇਸ ਗੱਲ ਨੂੰ ਹੁਣ ਮੈਂ ਤੁਹਾਡਾ ਬੈਟਰ ਲਈ ਇੱਥੇ ਬਣਾ ਦਿੰਦਾ ਡਾਇਗ੍ਰਾਮ। ਸੋ ਦੇਖੋ, ਮੇਰਾ ਟੋਪਿਕ ਵੀ ਮੈਂ ਇਹ ਲਿਖਿਆ ਸੀ ਡਾਇਰੈਕਸ਼ਨ ਆਫ ਦਾ ਇਲੈਕਟ੍ਰਿਕ ਕਰੰਟ। ਸੋ ਮੈਂ ਕਨਵੈਨਸ਼ਨਲ ਕਰੰਟ ਦੀ ਗੱਲ ਕਰ ਰਿਹਾ ਅਤੇ ਉਹਦੀ ਡਾਇਰੈਕਸ਼ਨ ਕਿਸੇ ਵੀ ਕੰਡਕਟਰ ਦੇ ਵਿੱਚ, ਜੇ ਮੰਨ ਲਓ ਆਹ ਕੰਡਕਟਰ ਹੈ ਅਤੇ ਇਹਦੇ ਅਰਾਊਂਡ ਜੇ ਮੈਂ ਇੱਕ ਬੈਟਰੀ ਲਗਾਉਂਦਾ ਹਾਂ, ਮੰਨ ਲਓ ਆਹ ਪੋਜ਼ਿਟਿਵ ਅਤੇ ਆਹ ਨੈਗੇਟਿਵ, ਤਾਂ ਪੋਜ਼ਿਟਿਵ ਤੋਂ ਕਰੰਟ ਨਿਕਲੇਗਾ ਇਸ ਤਰ੍ਹਾਂ, ਇਸ ਤਰ੍ਹਾਂ ਕੰਡਕਟਰ ਦੇ ਵਿੱਚੋਂ ਦੀ ਗੁਜ਼ਰੇਗਾ ਇੱਧਰ, ਨੈਗੇਟਿਵ 'ਤੇ ਆ ਕੇ ਖਤਮ ਹੋ ਜਾਏਗਾ। ਸੋ ਇਹ ਇਸ ਤਰ੍ਹਾਂ ਸਰਕਟ ਵਿੱਚ ਕਰੰਟ ਮੂਵ ਕਰੇਗਾ। ਨੈਗੇਟਿਵ ਤੋਂ ਪੋਜ਼ਿਟਿਵ ਨੂੰ ਇਲੈਕਟ੍ਰੋਨ ਜਾ ਰਹੇ ਹੋਣਗੇ, ਪਰ ਮੈਂ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਨੂੰ ਲੈ ਕੇ ਚੱਲ ਰਿਹਾ ਹਾਂ, ਉਹਦੇ ਇਲੈਕਟ੍ਰੋਨਸ ਦੀ ਦਿਸ਼ਾ ਦੇ ਓਪੋਜ਼ਿਟ। ਅਤੇ ਤੁਹਾਨੂੰ ਮੈਂ ਕੱਲ੍ਹ ਡ੍ਰਿਫਟ ਵਲੋਸਿਟੀ ਦਾ ਐਕਸਪ੍ਰੈਸ਼ਨ ਕਰਾਇਆ ਸੀ, ਡ੍ਰਿਫਟ ਵਲੋਸਿਟੀ ਵਾਈ ਮਾਈਨਸ ਈ ਈ ਟੋ ਬਾਏ ਐਮ, ਐਮ ਇਜ਼ ਦ ਮਾਸ ਆਫ ਇਲੈਕਟ੍ਰੋਨ, ਈ ਚਾਰਜ ਆਫ ਇਲੈਕਟ੍ਰੋਨ, ਇਹ ਮਾਈਨਸ ਸਾਈਨ ਲੱਗਿਆ ਹੈਗੀ, ਸੋਰੀ ਇਹਦੇ ਉੱਪਰ ਨੈਗੇਟਿਵ ਸਾਈਨ ਪਾਓ ਤਾਂ ਠੀਕ ਆ। ਜੇ ਇਕੱਲਾ ਮੈਗਨੀਚਿਊਡ ਯੂਜ਼ ਕਰਨਾ ਤਾਂ ਤੁਸੀਂ ਐਂ ਲਿਖ ਸਕਦੇ ਹੋ, ਡ੍ਰਿਫਟ ਵਲੋਸਿਟੀ ਇਜ਼ ਇਕੁਅਲ ਟੂ ਈ ਈ ਟੋ ਬਾਏ ਐਮ, ਫਿਰ ਵੈਕਟਰ ਸਾਈਨ ਪਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਮੈਂ ਡਾਇਰੈਕਸ਼ਨ ਦੀ ਗੱਲ ਨਹੀਂ ਕਰ ਰਿਹਾ, ਇਕੱਲੀ ਮੈਗਨੀਚਿਊਡ ਦੀ ਗੱਲ ਕਰ ਰਿਹਾ। ਪਰ ਜੇ ਮੈਂ ਵੈਕਟਰ ਸਾਈਨ ਪਾਇਆ ਤਾਂ ਨੈਗੇਟਿਵ ਸਾਈਨ ਵੀ ਨਾਲ ਲਾਉਣਾ ਪੈਣਾ, ਜਿਹਦੇ ਨਾਲ ਪਤਾ ਲੱਗੇ ਕਿ ਡ੍ਰਿਫਟ ਵਲੋਸਿਟੀ ਜਿਹੜੀ ਇਲੈਕਟ੍ਰੋਨਸ ਦੀ ਹੈ, ਇਲੈਕਟ੍ਰੋਨਸ ਦੀ, ਉਹ ਇਲੈਕਟ੍ਰਿਕ ਫੀਲਡ ਦੇ ਓਪੋਜ਼ਿਟ ਡਾਇਰੈਕਸ਼ਨ ਵਿੱਚ ਹੈ। ਨੈਗੇਟਿਵ ਦਾ ਮਤਲਬ ਆ ਹੁੰਦਾ, ਮੈਂ ਵੈਕਟਰਸ ਦੀ ਇੰਟਰੋਡਕਸ਼ਨ 'ਚ ਇਹ ਗੱਲ ਦੱਸੀ ਸੀ। ਸੋ ਇਸ ਤਰ੍ਹਾਂ ਮੈਂ ਮੰਨ ਸਕਦਾ ਕਿ ਜਿਵੇਂ ਆਹ ਬੈਟਰੀ ਆ, ਬੈਟਰੀ ਦਾ ਪੋਜ਼ਿਟਿਵ ਅਤੇ ਨੈਗੇਟਿਵ ਆ, ਤਾਂ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਇੱਧਰ ਆ, ਦੇਖੋ
ਨੈਗੇਟਿਵ ਟਰਮ ਨਿਰੰਤਰ ਆ, ਅਤੇ ਤੁਹਾਨੂੰ ਪਤਾ ਹੈ ਕਿ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਹੈ ਕੰਡਕਟਰ ਵਿੱਚ ਪੋਜ਼ਿਟਿਵ ਤੋਂ ਨੈਗੇਟਿਵ ਵਾਲੇ ਪਾਸੇ ਨੂੰ ਹੁੰਦਾ ਹੈ, ਇੱਧਰ ਨੂੰ ਇਲੈਕਟ੍ਰਿਕ ਫੀਲਡ ਹੈ, ਅਤੇ ਜਿਹੜਾ ਡ੍ਰਿਫਟ ਵਲੋਸਿਟੀ ਹੋਏਗੀ ਉਹ ਇਲੈਕਟ੍ਰਿਕ ਫੀਲਡ ਦੇ ਓਪੋਜ਼ਿਟ, ਸੋ ਇੱਧਰ ਨੂੰ ਹੋਏਗੀ, ਅਤੇ ਤੁਹਾਨੂੰ ਵੀ ਪਤਾ ਹੈ ਕਿ ਇਲੈਕਟ੍ਰੋਨ ਇੱਧਰ ਨੂੰ ਹੀ ਤਾਂ ਆ ਰਹੇ ਨੇ, ਸੋ ਇਸ ਲਈ ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸੋ ਡਾਇਰੈਕਸ਼ਨ ਆਫ ਇਲੈਕਟ੍ਰਿਕ ਕਰੰਟ ਕੀ ਹੋਏਗੀ, ਹਮੇਸ਼ਾ ਪੋਜ਼ਿਟਿਵ ਟਰਮੀਨਲ ਤੋਂ ਨਿਕਲੇਗਾ, ਨੈਗੇਟਿਵ ਟਰਮੀਨਲ ਤੱਕ ਨੂੰ ਜਾਏਗਾ ਇਲੈਕਟ੍ਰਿਕ ਕਰੰਟ ਬਾਹਰ ਵਾਲੇ ਸਰਕਟ ਦੇ ਵਿੱਚ। ਬਾਹਰ ਵਾਲਾ ਸਰਕਟ ਮਤਲਬ ਆਹ ਵਾਲਾ, ਜਿਹੜਾ ਇਹ ਬੈਟਰੀ ਦੇ ਬਾਹਰ, ਬੈਟਰੀ ਦੇ ਅੰਦਰ ਨਹੀਂ ਕਹਿ ਰਿਹਾ ਮੈਂ, ਅੰਦਰ ਵਾਲੀ ਗੱਲ ਆਪਾਂ ਬਾਅਦ 'ਚ ਕਰਾਂਗੇ ਜਦੋਂ ਆਪਾਂ ਹੋਰ ਅੱਗੇ ਪੜ੍ਹ ਲਵਾਂਗੇ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਡ੍ਰਿਫਟ ਵਲੋਸਿਟੀ ਦੇ ਹੋਰ ਇਲੈਕਟ੍ਰਿਕ ਕਰੰਟ ਦੇ ਮੈਗਨੀਟਿਊਡ ਨਾਲ ਕੀ ਰਿਲੇਸ਼ਨਸ਼ਿਪਸ ਨੇ। ਸੋ ਹੁਣ ਆਪਾਂ ਕਰਦੇ ਹਾਂ ਅਗਲਾ ਆਰਟੀਕਲ, ਰਿਲੇਸ਼ਨ ਬਿਟਵੀਨ ਡ੍ਰਿਫਟ ਵਲੋਸਿਟੀ ਐਂਡ ਇਲੈਕਟ੍ਰਿਕ ਕਰੰਟ। ਡ੍ਰਿਫਟ ਵਲੋਸਿਟੀ ਦਾ ਹੀ ਰਿਲੇਸ਼ਨ ਹੈ ਇੱਕ ਤਰ੍ਹਾਂ, ਆਪਾਂ ਡ੍ਰਿਫਟ ਵਲੋਸਿਟੀ ਨੂੰ ਪਰ ਇਲੈਕਟ੍ਰਿਕ ਕਰੰਟ ਦੇ ਨਾਲ ਕੈਲਕੂਲੇਟ ਕਰਨ ਲੱਗੇ ਹੁਣ। ਇਸ ਤੋਂ ਪਹਿਲਾਂ ਮੈਂ ਡ੍ਰਿਫਟ ਵਲੋਸਿਟੀ ਕੈਲਕੂਲੇਟ ਜਿਹੜੀ ਕੀਤੀ ਆ ਇਸ ਤੋਂ ਪਿਛਲੇ ਆਰਟੀਕਲ ਵਿੱਚ, ਉਹ ਸੀਗੀ ਡ੍ਰਿਫਟ ਵਲੋਸਿਟੀ ਇਜ਼ ਇਕੁਅਲ ਟੂ ਈ ਟੋ ਬਾਏ ਐਮ। ਤੁਹਾਨੂੰ ਪਤਾ ਉੱਥੇ ਈ ਸੀਗਾ ਇਲੈਕਟ੍ਰੋਨ ਦਾ ਚਾਰਜ, ਇਲੈਕਟ੍ਰਿਕ ਫੀਲਡ ਜਿਹੜਾ ਅਪਲਾਈ ਕੀਤਾ ਕੰਡਕਟਰ ਦੇ ਦੋਨੇ ਪਾਸੇ, ਰਿਲੈਕਸੇਸ਼ਨ ਟਾਈਮ ਐਵਰੇਜ ਰਿਲੈਕਸੇਸ਼ਨ ਟਾਈਮ, ਅਤੇ ਐਮ ਸੀਗਾ ਮਾਸ ਆਫ ਦਾ ਇਲੈਕਟ੍ਰੋਨ। ਇਹਦੇ ਵਿੱਚ ਦੇਖੋ ਕਿਤੇ ਵੀ ਕਰੰਟ ਦਾ ਜ਼ਿਕਰ ਨਹੀਂ ਹੈਗਾ, ਇੱਥੇ ਜ਼ਿਕਰ ਹੈਗਾ ਇਲੈਕਟ੍ਰਿਕ ਫੀਲਡ ਦਾ, ਰਿਲੈਕਸੇਸ਼ਨ ਟਾਈਮ ਦਾ, ਡ੍ਰਿਫਟ ਵਲੋਸਿਟੀ ਦਾ। ਹੁਣ ਮੈਂ ਇਹੀ ਡ੍ਰਿਫਟ ਵਲੋਸਿਟੀ ਦਾ ਰਿਲੇਸ਼ਨ ਪਤਾ ਕਰਨਾ ਆ, ਪਰ ਹੁਣ ਮੈਂ ਇਲੈਕਟ੍ਰਿਕ ਕਰੰਟ ਨਾਲ ਰਿਲੇਸ਼ਨ ਪਤਾ ਕਰਨਾ। ਸੋ ਉਹਦੇ ਲਈ ਮੈਂ ਕੀ ਕਰੂੰਗਾ, ਮੈਂ ਇਲੈਕਟ੍ਰਿਕ ਕਰੰਟ ਦੀ ਡੈਫੀਨੇਸ਼ਨ ਯੂਜ਼ ਕਰੂੰਗਾ। ਇਲੈਕਟ੍ਰਿਕ ਕਰੰਟ ਦੀ ਡੈਫੀਨੇਸ਼ਨ ਕੀ ਹੁੰਦੀ ਆ, ਵੀ ਟੋਟਲ ਚਾਰਜ ਫਲੋਇੰਗ ਓਵਰ ਟਾਈਮ ਟੇਕਨ, ਵੀ ਜਿੰਨੇ ਟਾਈਮ 'ਚ ਉਹ ਸਾਰਾ ਚਾਰਜ ਫਲੋ ਕੀਤਾ ਹੈ। ਆਪਾਂ ਇਸ ਗੱਲ ਨੂੰ ਐਂ ਸਮਝ ਕੇ ਚੱਲਦੇ ਹਾਂ। ਦੇਖੋ ਸਭ ਤੋਂ ਪਹਿਲਾਂ ਕੁਛ ਬੇਸਿਕ ਗੱਲਾਂ ਜਿਹੜੀਆਂ ਆਪਾਂ ਨੂੰ ਮੈਨਸ਼ਨ ਕਰਨੀਆਂ ਚਾਹੀਦੀਆਂ ਨੇ, ਜਿਵੇਂ ਮੰਨ ਲਓ ਆਹ ਕੰਡਕਟਰ ਹੈ ਇੱਕ ਕੰਡਕਟਿੰਗ ਮਟੀਰੀਅਲ, ਅਤੇ ਇਹਦੀ ਲੈਂਥ ਹੈਗੀ ਮੰਨ ਲਓ ਐਲ, ਅਤੇ ਇਹਦਾ ਜਿਹੜਾ ਏਰੀਆ ਆਫ ਕ੍ਰੋਸ ਸੈਕਸ਼ਨ ਆ ਉਹ ਹੈਗਾ ਏ, ਜਿਹੜਾ ਏਰੀਆ ਆਫ ਕ੍ਰੋਸ ਸੈਕਸ਼ਨ ਆ ਮੰਨ ਲਓ ਆ ਵਾਇਰ ਆ, ਇਹਦਾ ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ ਆ ਏ, ਲੈਂਥ ਹੈਗੀ ਆ ਐਲ। ਸੋ ਇੱਕ ਜਿਹੜੀ ਮੁੱਖ ਗੱਲ ਆ, ਕਿਉਂਕਿ ਕਿਸੇ ਵੀ ਕੰਡਕਟਰ ਦੇ ਵਿੱਚ ਨੰਬਰ ਡੈਂਸਿਟੀ ਇਲੈਕਟ੍ਰੋਨ ਦੀ ਅਲੱਗ ਅਲੱਗ ਹੁੰਦੀ ਹੈ, ਜਿਵੇਂ ਮੰਨ ਲਓ ਹੁਣ ਐਲੂਮੀਨੀਅਮ ਆ, ਕਾਪਰ ਆ, ਜਾਂ ਫਿਰ ਸਿਲਵਰ ਆ, ਅਤੇ ਇਹਨਾਂ ਸਾਰਿਆਂ ਵਿੱਚ ਜਿਹੜੇ ਫਰੀ ਇਲੈਕਟ੍ਰੋਨਸ ਨੇ ਉਹ ਅਲੱਗ ਅਲੱਗ ਹੁੰਦੇ ਨੇ, ਨੰਬਰ ਕਿਸੇ 'ਚ ਇੱਕ ਫਰੀ, ਕਿਸੇ 'ਚ ਦੋ ਇਲੈਕਟ੍ਰੋਨ ਵੀ ਹੋ ਸਕਦੇ ਨੇ। ਫਿਰ ਦੂਜੀ ਗੱਲ ਇਹ ਹੈ ਕਿ ਵੀ ਉਹਨਾਂ ਦੇ ਐਟੋਮਿਕ ਸਾਈਜ਼ ਵੀ ਅਲੱਗ ਅਲੱਗ ਹੁੰਦੇ ਨੇ, ਇਸ ਲਈ ਪਰ ਯੂਨਿਟ ਵੋਲਿਊਮ, ਇੱਕ ਯੂਨਿਟ ਵੋਲਿਊਮ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੋਣਗੇ ਇਹ ਅਲੱਗ ਅਲੱਗ ਹੁੰਦਾ ਹੈ। ਸੋ ਕਿਸੇ ਕੰਡਕਟਰ ਦੇ ਵਿੱਚ ਮੰਨ ਲਓ ਆ ਕੋਈ ਕੰਡਕਟਰ ਦਾ ਮਟੀਰੀਅਲ ਹੈ, ਉਹਦੇ ਮੰਨ ਲਓ ਆ ਫਰੀ ਇਲੈਕਟ੍ਰੋਨ ਦੀ ਡੈਂਸਿਟੀ ਜ਼ਿਆਦਾ ਆ, ਵੀ ਬਹੁਤ ਜ਼ਿਆਦਾ ਆ, ਨੇੜੇ ਨੇੜੇ ਨੇ, ਅਤੇ ਕਿਸੇ 'ਚ ਮੰਨ ਲਓ ਇਲੈਕਟ੍ਰੋਨ ਦੀ ਡੈਂਸਿਟੀ ਘੱਟ ਹੈ। ਸੋ ਕੋਈ ਦੋ ਅਲੱਗ ਅਲੱਗ ਕੰਡਕਟਿੰਗ ਮਟੀਰੀਅਲ ਜਿਹੜੇ ਨੇ ਉਹਨਾਂ 'ਚ ਫਰੀ ਇਲੈਕਟ੍ਰੋਨਸ ਕਿਸੇ 'ਚ ਯੂਨਿਟ ਵੋਲਿਊਮ 'ਚ ਜ਼ਿਆਦਾ ਹੋ ਸਕਦੇ ਨੇ, ਅਤੇ ਕਿਸੇ 'ਚ ਯੂਨਿਟ ਵੋਲਿਊਮ 'ਚ ਘੱਟ ਹੋ ਸਕਦੇ ਨੇ। ਸੋ ਇਸ ਲਈ ਆਪਾਂ ਨੰਬਰ ਡੈਂਸਿਟੀ ਨੂੰ ਜ਼ਰੂਰ ਇੰਟਰੋਡਿਊਸ ਕਰਦੇ ਹਾਂ ਇਹਦੇ ਵਿੱਚ। ਇਹ ਅੱਗੇ ਵੀ ਤੁਹਾਨੂੰ ਯਾਦ ਰੱਖਣੀ ਚਾਹੀਦੀ ਗੱਲ ਕਿ ਕੰਡਕਟਰਸ ਦੇ ਵਿੱਚੋਂ ਜਦੋਂ ਕਰੰਟ ਪਾਸ ਕਰਦਾ ਆ ਤਾਂ ਉਸ ਕਰੰਟ ਦੀ ਵੈਲਿਊ ਇਸ ਗੱਲ 'ਤੇ ਵੀ ਡਿਪੈਂਡ ਕਰੇਗੀ ਕਿ ਉਹਦੇ ਵਿੱਚ ਫਰੀ ਇਲੈਕਟ੍ਰੋਨਸ ਦੀ ਨੰਬਰ ਡੈਂਸਿਟੀ ਕਿੰਨੀ ਹੈ। ਜੇ ਫਰੀ ਇਲੈਕਟ੍ਰੋਨ ਦੀ ਨੰਬਰ ਡੈਂਸਿਟੀ ਜ਼ਿਆਦਾ ਹੈ ਤਾਂ ਉਹ ਜ਼ਿਆਦਾ ਵਧੀਆ ਕੰਡਕਟ ਕਰੇਗਾ, ਘੱਟ ਨੰਬਰ ਇਲੈਕਟ੍ਰੋਨਸ ਨੇ ਤਾਂ ਫਿਰ ਘੱਟ ਕੰਡਕਟ ਕਰੇਗਾ, ਕਿਉਂਕਿ ਚਾਰਜ ਲੈ ਕੇ ਤਾਂ ਇਲੈਕਟ੍ਰੋਨ ਨਹੀਂ ਜਾਣਾ, ਚਾਰਜ ਕੈਰੀਅਰ ਤਾਂ ਉਹੀ ਨੇ। ਸੋ ਇੱਥੇ ਦੇਖੋ ਸਭ ਤੋਂ ਪਹਿਲੀ ਗੱਲ ਇਹੀ ਲਿਖਦੇ, ਲੈਟ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ ਇਨ ਕੰਡਕਟਰ ਜਾਂ ਇਨ ਮਟੀਰੀਅਲ, ਜਿਹੜਾ ਵੀ ਮਟੀਰੀਅਲ ਹੈ ਉਹ ਹੈਗਾ ਮੰਨ ਲਓ ਐਨ। ਯਾਦ ਰੱਖਿਓ ਇਹ ਟੋਟਲ ਨੰਬਰ ਆਫ ਇਲੈਕਟ੍ਰੋਨ ਨਹੀਂ ਹੈਗੇ, ਇਹ ਹੈਗਾ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ, ਅਤੇ ਨੰਬਰ ਡੈਂਸਿਟੀ ਦਾ ਮਤਲਬ ਮੈਂ ਨਾਲ ਲਿਖਿਆ ਉਹਦਾ ਦਾ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ ਇਜ਼ ਇਕੁਅਲ ਟੂ ਐਨ। ਵੀ ਇੱਕ ਯੂਨਿਟ ਵੋਲਿਊਮ ਦੇ ਵਿੱਚ, ਉਹ ਯੂਨਿਟ ਵੋਲਿਊਮ ਇੱਕ ਸੈਂਟੀਮੀਟਰ ਕਿਊਬ ਹੋ ਸਕਦਾ ਹੈ, ਇੱਕ ਮੀਟਰ ਕਿਊਬ ਹੋ ਸਕਦਾ ਹੈ, ਵੀ ਉਹਦੇ 'ਚ ਡਿਪੈਂਡਿੰਗ ਅਪੋਨ ਦਾ ਯੂਨਿਟ, ਵੀ ਇੱਕ ਸੈਂਟੀਮੀਟਰ ਕਿਊਬ ਜਾਂ ਇੱਕ ਮਿਲੀਮੀਟਰ ਕਿਊਬ ਜਾਂ ਫਿਰ ਇੱਕ ਮੀਟਰ ਕਿਊਬ, ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ, ਅਤੇ ਆਪਾਂ ਇਹਨੂੰ ਕਹਿੰਦੇ ਨੰਬਰ ਡੈਂਸਿਟੀ। ਦ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ ਇਜ਼ ਐਨ, ਆਈ ਵਿਲ ਐਂਡ।
ਉਸ ਤੋਂ ਬਾਅਦ ਹੈਗਾ ਕਿ ਵੋਲੀਊਮ ਆਫ ਦਾ ਕੰਡਕਟਰ ਕਿੰਨਾ ਹੋਏਗਾ, ਕੰਡਕਟਰ ਦਾ ਵੋਲੀਊਮ ਕਿੰਨਾ ਹੋਏਗਾ, ਏ ਇੰਟੂ ਐਲ, ਏਰੀਆ ਇੰਟੂ ਐਲ। ਵੈਸੇ ਜੇ ਮੈਂ ਸਿਲੰਡਰੀਕਲ ਇਹ ਲਿਆ ਇਹ 'ਚ ਗੱਲ ਕਰਦੇ ਹਾਂ, ਉਹ ਹੁੰਦਾ ਪਾਈ ਆਰ ਸਕੇਅਰ ਐਚ, ਤੁਹਾਨੂੰ ਪਤਾ ਨਾ ਇਹ ਗੱਲ, ਅਤੇ ਮੰਨ ਲਓ ਇਹਦੀ ਲੈਂਥ ਆਹ ਵਾਲੀ ਆ ਹਾਈਟ, ਪਾਈ ਆਰ ਸਕੇਅਰ ਹੀ ਆਪਣਾ ਏਰੀਆ, ਸੋ ਏਰੀਆ ਇੰਟੂ ਹਾਈਟ ਵੀ ਆਪਾਂ ਕਹਿ ਦਿੰਦੇ ਹਾਂ ਉਹਨੂੰ, ਕਿਸੇ ਸਿਲੰਡਰ ਦੀ ਵੋਲੀਊਮ ਨੂੰ। ਸੋ ਇੱਥੇ ਏਰੀਆ ਇੰਟੂ ਲੈਂਥ ਹੋ ਗਿਆ, ਆਹ ਆਪਣਾ ਹੋ ਗਿਆ, ਕਿਉਂਕਿ ਇਹ ਸਿਮੈਟ੍ਰਿਕ ਬਾਡੀ ਹੈ, ਸਿਮੈਟ੍ਰਿਕ ਆਬਜੈਕਟ ਜਿਹੜੇ ਹੁੰਦੇ ਨੇ ਉਹਨਾਂ 'ਚ ਏਰੀਆ ਆਫ ਦਾ ਬੇਸ ਨੂੰ ਉਹਦੀ ਲੈਂਥ ਨਾਲ ਮਲਟੀਪਲਾਈ ਕਰਦਾ ਤਾਂ ਉਹਦੇ ਅੰਦਰ ਤਾਂ ਸਾਰਾ ਵੋਲੀਊਮ ਆ ਜਾਂਦਾ ਵਾ। ਸੋ ਇਹਦਾ ਵੋਲੀਊਮ ਆਫ ਦਾ ਕੰਡਕਟਰ ਆਇਆ ਏ ਇੰਟੂ ਐਲ। ਸੋ ਟੋਟਲ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋਏ, ਕਿਉਂਕਿ ਇੱਕ ਯੂਨਿਟ ਵੋਲੀਊਮ 'ਚ ਕਿੰਨੇ ਇਲੈਕਟ੍ਰੋਨ ਨੇ, ਇੰਨੇ ਨੰਬਰ ਡੈਂਸਿਟੀ ਹੈ, ਤਾਂ ਇੰਨੇ ਵੋਲੀਊਮ 'ਚ ਸਾਰੇ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ, ਐਨ ਇੰਟੂ ਏ ਐਲ। ਸੋ ਆ ਗਿਆ ਆਪਣੇ ਟੋਟਲ ਨੰਬਰ ਆਫ ਫਰੀ ਇਲੈਕਟ੍ਰੋਨਸ ਜਿਹੜੇ ਕਿ ਉਸ ਕੰਡਕਟਰ ਵਿੱਚ ਹੈਗੇ ਨੇ। ਉਸ ਤੋਂ ਬਾਅਦ ਕਿ ਟੋਟਲ ਚਾਰਜ ਕੈਰੀਡ ਬਾਏ ਆਲ ਦਾ ਇਲੈਕਟ੍ਰੋਨਸ, ਵੀ ਜਿੰਨੇ ਵੀ ਇਲੈਕਟ੍ਰੋਨ ਸਾਰੇ ਹੈਗੇ ਨੇ ਉਹ ਚਾਰਜ ਕਿੰਨਾ ਕੈਰੀ ਕਰਦੇ ਆ। ਹੁਣ ਤੁਹਾਨੂੰ ਪਤਾ ਕਿ ਕਿਸੇ ਇੱਕ ਇਲੈਕਟ੍ਰੋਨ 'ਤੇ ਚਾਰਜ ਹੁੰਦਾ ਹੈ 1.6 ਇੰਟੂ 10⁻¹⁹ ਕੂਲਮ, ਇਹ ਆਪਾਂ ਇਲੈਕਟ੍ਰੋਸਟੈਟਿਕਸ 'ਚ ਕੀਤਾ ਆ। ਉਸੇ ਚੀਜ਼ ਨੂੰ ਆਪਾਂ ਈ ਕਹਿ ਦਿੰਦੇ ਹਾਂ, ਸਮਾਲ ਈ, ਇਹਦੀ ਵੈਲਿਊ ਤੁਹਾਨੂੰ ਪਤਾ ਆ, ਸਮਾਲ ਈ ਦੀ ਵੈਲਿਊ 1.6 ਇੰਟੂ 10⁻¹⁹ ਕੂਲਮ, ਅਤੇ ਈ ਦੀ ਵੈਲਿਊ ਹੈ ਇਹ। ਇਲੈਕਟ੍ਰੋਨ ਲਈ ਮਾਈਨਸ ਹੀ ਲਿਖਦੇ ਹਾਂ ਤਾਂ ਮਾਈਨਸ ਆ ਜਾਂਦਾ, ਪ੍ਰੋਟੋਨ ਲਈ ਪਲੱਸ ਈ ਤਾਂ ਪਲੱਸ ਰਹਿੰਦਾ ਹੈ। ਸੋ ਆਹ ਇੰਨਾ ਚਾਰਜ ਆ ਜਿਹੜਾ ਉਹਦੇ ਅੰਦਰ ਟੋਟਲ ਪਿਆ ਵਾ, ਇਹ ਆਪਾਂ ਕਿਉਂ ਕੈਲਕੂਲੇਟ ਕੀਤਾ, ਕਿਉਂ ਅਸੀਂ ਵੋਲਿਊਮ ਨੂੰ ਫਿਰ ਨੰਬਰ ਡੈਂਸਿਟੀ ਇੰਟਰੋਡਿਊਸ ਕਰਕੇ ਆਹ ਸਾਰਾ ਕੁਝ ਕੀਤਾ, ਇਹ ਤੁਹਾਨੂੰ ਹੁਣੇ ਪਤਾ ਲੱਗ ਜੂਗਾ ਜਦੋਂ ਆਪਾਂ ਲਾਸਟ ਸਟੈਪ ਕਰਾਂਗੇ, ਕਿਉਂਕਿ ਲਾਸਟ ਸਟੈਪ ਇਹੀ ਆ ਵੀ ਆਪਾਂ ਟੋਟਲ ਕਰੰਟ ਪਤਾ ਕਰਨਾ ਹੈ, ਕਿਉਂਕਿ ਡ੍ਰਿਫਟ ਵੈਲੋਸਿਟੀ ਦਾ ਰਿਲੇਸ਼ਨ ਕਿਹਦੇ ਨਾਲ ਦੇਖਣਾ ਹੈ, ਇਲੈਕਟ੍ਰਿਕ ਕਰੰਟ ਨਾਲ, ਅਤੇ ਕਰੰਟ ਕੀ ਹੁੰਦਾ ਹੈ, ਟੋਟਲ ਚਾਰਜ ਪਾਸਿੰਗ ਬਟਾ ਟਾਈਮ ਟੇਕਨ ਚਾਰਜ। ਇਸ ਲਈ ਮੈਂ ਸਭ ਤੋਂ ਪਹਿਲਾਂ ਇਹ ਪਤਾ ਕਰ ਰਿਹਾ ਕਿ ਜੇ ਟੋਟਲ ਚਾਰਜ ਹੈ ਕਿੰਨਾ ਜਿਹੜਾ ਓਵਰਆਲ ਪੂਰਾ ਪਾਸ ਕਰੇ, ਉਹ ਮੈਂ ਦੇਖਾਂਗਾ ਕਿੰਨੇ ਟਾਈਮ 'ਚ ਪਾਸ ਕਰਦਾ ਹੈ। ਇਸ ਲਈ ਟੋਟਲ ਚਾਰਜ ਹੀ ਪਤਾ ਕਰ ਲਿਆ ਪਹਿਲਾਂ, ਉਹਦੇ ਲਈ ਮੈਂ ਨੰਬਰ ਆਫ ਇਲੈਕਟ੍ਰੋਨਸ ਪਤਾ ਕੀਤੇ ਪਹਿਲਾਂ ਕਿੰਨੇ ਨੇ, ਉਹਨੂੰ ਈ ਨਾਲ ਮਲਟੀਪਲਾਈ ਕੀਤਾ ਤਾਂ ਟੋਟਲ ਚਾਰਜ ਪਾਸਿੰਗ ਆ ਗਿਆ, ਐਨ ਏ ਐਲ ਈ, ਪਾਸਿੰਗ ਨਹੀਂ ਕਹਿ ਸਕਦਾ ਮੈਂ, ਕਹਿੰਦਾ ਟੋਟਲ ਚਾਰਜ ਕੈਰੀਡ ਬਾਏ ਇਲੈਕਟ੍ਰੋਨਸ, ਵੀ ਇੰਨਾ ਚਾਰਜ ਕੈਰੀ ਕਰਦੇ ਆ। ਹੁਣ ਮੈਂ ਦੇਖਦਾ ਵਾਂ ਕਿ ਅਸਲ ਵਿੱਚ ਇਲੈਕਟ੍ਰਿਕ ਕਰੰਟ ਨਾਲ ਇਹਨੂੰ ਮੈਂ ਕਿਵੇਂ ਰਿਲੇਟ ਕਰੂੰਗਾ, ਕਿਉਂਕਿ ਮੇਰੇ ਕੋਲ ਦੇਖੋ ਚਾਰਜ ਜੇ ਉਹ 'ਚ ਹੈਗਾ ਵੀ ਹੈ ਸਾਰਾ, ਇੰਨਾ ਚਾਰਜ ਇਹ 'ਚ ਹੈ, ਤਾਂ ਮੈਂ ਹੁਣ ਟਾਈਮ ਕਿਵੇਂ ਕੈਲਕੂਲੇਟ ਕਰੂੰਗਾ ਵੀ ਕਿੰਨੇ ਟਾਈਮ 'ਚ ਉਹ ਪਾਸ ਕਰਦਾ ਸਾਰਾ ਚਾਰਜ। ਸੋ ਉਹਨੂੰ ਗੱਲ ਨੂੰ ਦੇਖੋ ਧਿਆਨ ਨਾਲ ਸਮਝੋ, ਦੇਖੋ ਇਹ 'ਚ ਹੁੰਦਾ ਕੀ ਹੈ, ਅਸਲ ਵਿੱਚ ਇਲੈਕਟ੍ਰੋਨਸ ਕਿਵੇਂ ਅੱਗੇ ਡ੍ਰਿਫਟ ਹੁੰਦੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਆਈਡੀਆ ਦਿੱਤਾ ਸੀ ਕਿ ਮੰਨ ਲਓ ਆਹ ਇੱਕ ਵਾਇਰ ਹੈ, ਬਸ ਗੱਲ ਸਮਝਣ ਦੇ ਲਈ, ਅਤੇ ਇਹਦੇ 'ਚ ਇਲੈਕਟ੍ਰੋਨਸ ਨੇ 1, 2, 3, 4, 5, 6, 7, 8, ਮੈਂ ਜਸ 8 ਸ਼ੋ ਕਰ ਰਿਹਾ, ਹੁੰਦੇ ਤਾਂ ਮਿਲੀਅਨਸ ਨੇ, ਬਸ ਗੱਲ ਸਮਝਾਉਣ ਦੇ ਲਈ। ਅਤੇ ਮੰਨ ਲਓ ਇਹਨੂੰ ਮੈਂ ਕਿਸੇ ਟਰਮੀਨਲ ਨਾਲ ਜੋੜਿਆ ਹੈ ਬੈਟਰੀ 'ਤੇ, ਅਤੇ ਮੰਨ ਲਓ ਆਹ ਨੈਗੇਟਿਵ ਟਰਮੀਨਲ ਆ ਪੋਜ਼ਿਟਿਵ ਹੈ, ਮੈਂ ਜਾਣ ਬੁੱਝ ਕੇ ਨੈਗੇਟਿਵ ਇੱਧਰ ਕਰਤਾ ਵੀ ਇਲੈਕਟ੍ਰੋਨ ਉੱਧਰ ਲੈ ਕੇ ਜਾਣੇ ਆ, ਸੋ ਨੈਗੇਟਿਵ ਤੋਂ ਇਲੈਕਟ੍ਰੋਨ ਉੱਧਰ ਨੂੰ ਜਾਣਗੇ, ਠੀਕ ਹੈ ਜੀ। ਹੁਣ ਆ ਬੈਟਰੀ ਦਾ ਜਿਹੜਾ ਨੈਗੇਟਿਵ ਟਰਮੀਨਲ ਆ, ਇਹਨੇ ਕੀ ਕੀਤਾ, ਇੱਕ ਇਲੈਕਟ੍ਰੋਨ ਇੱਧਰ ਪੁਸ਼ ਕੀਤਾ ਉਹਨੂੰ, ਜਾਂ ਫਿਰ ਕਹਿ ਲਓ ਕਿ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨੇ, ਪੋਜ਼ਿਟਿਵ ਟਰਮੀਨਲ ਨੇ ਇੱਕ ਇਲੈਕਟ੍ਰੋਨ ਨੂੰ ਖਿੱਚ ਲਿਆ, ਇੱਕ ਇਲੈਕਟ੍ਰੋਨ ਚਲਾ ਗਿਆ ਅੱਗੇ, ਜਦੋਂ ਇੱਕ ਇਲੈਕਟ੍ਰੋਨ ਚਲਾ ਗਿਆ ਅੱਗੇ, ਤਾਂ ਆਹ ਵਾਲਾ ਇਲੈਕਟ੍ਰੋਨ ਜਿਹੜਾ ਇਹ ਅੱਗੇ ਆ ਜੂਗਾ ਇੱਥੇ, ਫਿਰ ਆਹ ਇਲੈਕਟ੍ਰੋਨ ਇੱਥੇ ਅੱਗੇ ਆਜੂਗਾ, ਇਹ ਹੋਰ ਅੱਗੇ ਆਜੂਗਾ, ਇੱਕ ਦੂਜੀ ਜਗ੍ਹਾ ਲੈਂਦੇ, ਇੱਥੇ ਅੱਗੇ ਆਜੂਗਾ, ਇਹ ਇੱਥੇ ਆਜੂਗਾ, ਇਹ ਇੱਥੇ ਆਜੂਗਾ, ਇਹ ਇੱਥੇ ਆਜੂਗਾ, ਹੁਣ ਇੱਥੇ ਖਾਲੀ ਬਚ ਗਿਆ, ਇੱਥੇ ਕਿੱਥੋਂ ਆਊਗਾ, ਆਹ ਬੈਟਰੀ ਦਾ ਨੈਗੇਟਿਵ ਟਰਮੀਨਲ, ਬੈਟਰੀ ਦਾ ਨੈਗੇਟਿਵ ਟਰਮੀਨਲ ਇਹਨੂੰ ਇੱਕ ਇਲੈਕਟ੍ਰੋਨ ਪ੍ਰੋਵਾਈਡ ਕਰ ਦੂਗਾ, ਠੀਕ ਹੈ ਗੱਲ। ਹੁਣ ਆਹ ਪਹਿਲਾ ਇਲੈਕਟ੍ਰੋਨ ਆ ਜਿਹੜਾ ਐਂਟਰ ਕੀਤਾ ਬੈਟਰੀ ਤੋਂ, ਇਸ ਕੰਡਕਟਰ 'ਚ ਇੱਧਰੋਂ ਐਂਟਰ ਕੀਤਾ, ਹੁਣ ਕੀ ਹੈ, ਹੁਣ ਇਹਨੂੰ ਖਿੱਚ ਲੂਗਾ, ਫਿਰ ਉਹ ਅੱਗੇ ਜਾਊਗਾ, ਅੱਗੇ ਜਾਊਗਾ, ਅੱਗੇ ਜਾਊਗਾ, ਅੱਗੇ ਜਾਊਗਾ, ਆਹ ਇਲੈਕਟ੍ਰੋਨ ਇੱਥੇ ਆਜੂਗਾ, ਫਿਰ ਅਤੇ ਫਿਰ ਅੱਗੇ, ਫਿਰ ਇਹਦੀ ਇਹਦੀ ਜਗ੍ਹਾ ਲੈਣ ਲਈ ਪਿੱਛੋਂ ਫਿਰ ਬੈਟਰੀ ਇੱਕ ਇਲੈਕਟ੍ਰੋਨ ਪ੍ਰੋਵਾਈਡ ਕਰ ਦੂਗੀ। ਸੋ ਅਸਲ ਵਿੱਚ ਜੇ ਮੈਂ ਇਹ ਕਹਾਂ
ਕਿ ਕੋਈ ਇੱਕ ਇਲੈਕਟ੍ਰੋਨ ਕਿਸੇ ਇੱਕ ਸਿਰੇ ਤੋਂ ਜਿੰਨੀ ਦੇਰ 'ਚ ਆਹ ਵਾਲਾ ਹੀ ਇਲੈਕਟ੍ਰੋਨ ਇਸ ਸਿਰੇ ਤੱਕ ਪਹੁੰਚੂਗਾ, ਉਨੀ ਦੇਰ 'ਚ ਇਹ ਆਪਣੇ ਸਾਹਮਣੇ ਵਾਲੇ ਸਾਰੇ ਇਲੈਕਟ੍ਰੋਨ ਨੂੰ ਪੁਸ਼ ਕਰਕੇ ਉਸ ਤਾਰ ਤੋਂ ਬਾਹਰ ਕੱਢ ਚੁੱਕਾ ਹੋਊਗਾ, ਅਤੇ ਇਹ ਉਹਨਾਂ ਦੀ ਜਗ੍ਹਾ ਲੈਣ ਲਈ ਪਿੱਛੋਂ ਹੋਰ ਇਲੈਕਟ੍ਰੋਨ ਆ ਚੁੱਕੇ ਹੋਣਗੇ ਬੈਟਰੀ ਤੋਂ। ਸੋ ਬੇਸਿਕਲੀ ਇਹ ਬਿਲਕੁਲ ਉਵੇਂ ਹੈ ਜਿਵੇਂ ਇੱਕ ਤੁਸੀਂ ਇੱਕ ਪਾਈਪ ਹੈ, ਉਹ 'ਚ ਮੰਨ ਲਓ ਬੋਲਸ ਪੈਂਦੀਆਂ ਨੇ, ਤੁਸੀਂ ਬਹੁਤ ਸਾਰੀਆਂ ਹਰੇ ਰੰਗ ਦੀਆਂ ਟੈਨਿਸ ਦੀਆਂ ਬੋਲਸ ਲਓ ਅਤੇ ਇੱਕ ਲਾਲ ਰੰਗ ਦੀ ਟੈਨਿਸ ਦੀ ਬੋਲ ਲਓ, ਤੁਸੀਂ ਹਰੇ ਰੰਗ ਦੀਆਂ ਬੋਲਸ ਨਾਲ ਪੂਰੀ ਉਹਨੂੰ ਭਰ ਦਿਉ, ਇੱਕ ਇੱਕ ਬੋਲ ਕਰਕੇ ਹੈ ਭਰਤੀ, ਪੂਰੀ ਪਾਈਪ ਭਰੀ ਹੋਈ ਹੈ। ਹੁਣ ਤੁਸੀਂ ਇੱਕ ਲਾਲ ਰੰਗ ਦੀ ਟੈਨਿਸ ਦੀ ਬੋਲ ਇੱਧਰੋਂ ਐਂਟਰ ਕਰੋ, ਉੱਧਰੋਂ ਇੱਕ ਹਰੀ ਬਾਹਰ ਨਿਕਲ ਜੂਗੀ, ਹੁਣ ਇੱਧਰੋਂ ਫਿਰ ਹਰੀਆਂ ਪਾਣੀ ਸ਼ੁਰੂ ਕਰ ਦਿਉ, ਉੱਧਰੋਂ ਫਿਰ ਬਾਹਰ ਨਿਕਲ ਜੂਗੀ, ਬਾਹਰ ਨਿਕਲ ਜੂਗੀ, ਐਂ ਕਰਦੇ ਕਰਦੇ ਜਦੋਂ ਉਹ ਲਾਲ ਵਾਲੀ ਜਿਹੜੀ ਪਹਿਲਾਂ ਤੁਸੀਂ ਪਾਈ ਸੀ ਉਹ ਬੋਲ ਨਿਕਲੂਗੀ ਤਾਂ ਇਹਦਾ ਮਤਲਬ ਉਹ ਆਪਣੇ ਸਾਹਮਣੇ ਵਾਲੀ ਸਾਰੀਆਂ ਬੋਲਸ ਨੂੰ ਬਾਹਰ ਕੱਢ ਚੁੱਕੀ ਹੋਊਗੀ। ਇਸੇ ਲਈ ਜੇ ਮੈਂ ਇਹ ਕਹਾਂ ਕਿ ਕੋਈ ਇੱਕ ਇਲੈਕਟ੍ਰੋਨ, ਜੇ ਇਸ ਕੇਸ ਦਾ ਆਪਾਂ ਇੱਥੋਂ ਲਿਆ ਨਾ ਇਲੈਕਟ੍ਰੋਨ, ਨੈਗੇਟਿਵ ਟਰਮੀਨਲ ਇੱਥੋਂ ਆਊਗਾ ਇਲੈਕਟ੍ਰੋਨ, ਜੇ ਕੋਈ ਇੱਕ ਇਲੈਕਟ੍ਰੋਨ ਇੱਥੋਂ ਤੁਰ ਕੇ ਇਸ ਟਰਮੀਨਲ ਦੇ ਇੱਥੇ ਤੱਕ ਪਹੁੰਚਦਾ ਆ, ਇੱਥੇ ਤੱਕ, ਤਾਂ ਜਿੰਨੇ ਸਮੇਂ 'ਚ ਆਹ ਇਲੈਕਟ੍ਰੋਨ ਇੱਥੋਂ ਇੱਥੇ ਤੱਕ ਪਹੁੰਚੂਗਾ ਇਸ ਸਿਰੇ ਤੋਂ ਇਸ ਸਿਰੇ ਤੱਕ, ਉਨੇ ਸਮੇਂ ਵਿੱਚ ਉਹ ਇਹਦੇ ਅੰਦਰਲੇ ਸਾਰੇ ਇਲੈਕਟ੍ਰੋਨਸ ਨੂੰ ਇੱਕ ਵਾਰ ਪੁਸ਼ ਕਰ ਚੁੱਕਿਆ ਹੋਊਗਾ, ਬਾਹਰ ਕੱਢ ਚੁੱਕਿਆ ਹੋਊਗਾ ਤੂੰ, ਅਤੇ ਉਹਦੀ ਜਗ੍ਹਾ ਲੈਣ ਲਈ ਪਿੱਛੋਂ ਹੋਰ ਇਲੈਕਟ੍ਰੋਨ ਆ ਚੁੱਕੇ ਹੋਣਗੇ ਬੈਟਰੀ ਤੋਂ। ਇਸੇ ਲਈ ਮੈਂ ਇਹਦੇ ਸਾਰੇ ਇਲੈਕਟ੍ਰੋਨ ਜਿੰਨੇ ਵਿੱਚ ਹੈਗੇ ਨੇ ਉਹਨਾਂ ਦਾ ਚਾਰਜ ਪਹਿਲਾਂ ਹੀ ਕੈਲਕੂਲੇਟ ਕਰ ਲਿਆ, ਅਤੇ ਉਹ ਕੈਲਕੂਲੇਟ ਕਰਕੇ ਕਿੰਨਾ ਆਇਆ, NaLe। ਸੋ ਟੋਟਲ ਚਾਰਜ ਜਿਹੜਾ ਆ ਉਹ ਆਇਆ ਵਾ NaLe। ਹੁਣ ਮੈਂ ਮੰਨ ਕੇ ਚੱਲਦਾ ਕਿ ਲੈਟ ਟਾਈਮ ਟੇਕਨ ਬਾਏ ਇਲੈਕਟ੍ਰੋਨ, ਇੱਕ ਇਲੈਕਟ੍ਰੋਨ ਦੀ ਗੱਲ ਕਰਦਾ, ਟਾਈਮ ਟੇਕਨ ਬਾਏ ਇਲੈਕਟ੍ਰੋਨ ਟੂ ਰੀਚ ਫਰੋਮ ਵਨ ਐਂਡ ਟੂ ਅਨਦਰ ਇਜ਼ ਇਕੁਅਲ ਟੂ ਟੀ। ਮੰਨ ਲਓ ਟੀ ਟਾਈਮ 'ਚ ਇਸ ਐਂਡ ਤੋਂ ਇਸ ਐਂਡ ਤੱਕ ਇਲੈਕਟ੍ਰੋਨ ਆਉਂਦਾ ਹੈ, ਤਾਂ ਉਹ ਟੀ ਟਾਈਮ ਕਿਹਦੇ ਬਰਾਬਰ ਹੋਏਗਾ? ਤੁਸੀਂ ਮੈਨੂੰ ਦੱਸੋ ਇਲੈਕਟ੍ਰੋਨ ਕਿਹੜੀ ਵਿਲੋਸਟੀ ਨਾਲ ਆਉਂਦਾ ਆ? ਇੱਥੇ ਗੱਲ ਆਉਂਦੀ ਡ੍ਰਿਫਟ ਵਿਲੋਸਟੀ ਦੀ। ਇਲੈਕਟ੍ਰੋਨ ਸਿੱਧਾ ਤਾਂ ਜਾਂਦਾ ਨਹੀਂ, ਉਹ ਜਿਹੜੀ ਐਵਰੇਜ ਵਿਲੋਸਟੀ ਆਪਾਂ ਕੈਲਕੂਲੇਟ ਕੀਤੀ ਸੀ ਡ੍ਰਿਫਟ ਵਿਲੋਸਟੀ, ਡ੍ਰਿਫਟ ਵਿਲੋਸਟੀ ਨਾਲ ਡ੍ਰਿਫਟ ਹੁੰਦਾ ਹੈ, ਇਲੈਕਟ੍ਰੋਨ ਇੱਧਰ ਆਊਗਾ ਨਾ ਇੱਥੇ ਤੱਕ ਇਸ ਸਿਰੇ ਤੱਕ, ਅਤੇ ਜੇ ਉਹਦੀ ਵਿਲੋਸਟੀ ਡ੍ਰਿਫਟ ਵਿਲੋਸਟੀ ਹੈ ਆਹ ਵਾਲੀ DVD, ਅਤੇ ਉਹਨੇ ਦੂਰੀ ਕਿੰਨੀ ਤੈਅ ਕੀਤੀ ਹੈ L, ਉਹਦੀ ਲੈਂਥ ਦੇ ਬਰਾਬਰ, ਤਾਂ ਤੁਹਾਨੂੰ ਪਤਾ ਟਾਈਮ ਦਾ ਫਾਰਮੂਲਾ ਕੀ ਹੁੰਦਾ ਆ, ਡਿਸਟੈਂਸ ਅਪੋਨ ਵਿਲੋਸਟੀ, ਤਾਂ ਡਿਸਟੈਂਸ ਕਿੰਨਾ ਹੈ L ਅਪੋਨ ਵਿਲੋਸਟੀ ਕਿੰਨੀ ਆ ਡ੍ਰਿਫਟ ਵਿਲੋਸਟੀ, ਆਹ ਆਪਣਾ ਟਾਈਮ ਆਇਆ। ਇੰਨੇ ਟਾਈਮ ਦੇ ਵਿੱਚ ਇੱਕ ਇਲੈਕਟ੍ਰੋਨ ਡ੍ਰਿਫਟ ਹੁੰਦਾ ਹੋਇਆ ਇੱਥੋਂ ਇੱਥੇ ਤੱਕ ਪਹੁੰਚੇਗਾ, ਅਤੇ ਹੁਣੇ ਮੈਂ ਤੁਹਾਨੂੰ ਦੱਸਿਆ ਕਿ ਜੇ ਇੰਨੇ ਟਾਈਮ 'ਚ ਇੱਕ ਇਲੈਕਟ੍ਰੋਨ ਇੱਥੋਂ ਇੱਥੇ ਤੱਕ ਪਹੁੰਚੇਗਾ ਤਾਂ ਉਨੇ ਟਾਈਮ 'ਚ ਉਹ ਆਪਣੇ ਸਾਹਮਣੇ ਵਾਲੇ ਸਾਰੇ ਇਲੈਕਟ੍ਰੋਨ ਜਿੰਨੇ ਵੀ ਸੀਗੇ ਉਹਦੇ ਸਾਹਮਣੇ ਵਾਇਰ ਦੇ ਵਿੱਚ ਸਾਰਿਆਂ ਨੂੰ ਪੁਸ਼ ਕਰ ਚੁੱਕਾ ਹੈਗਾ ਬਾਹਰ, ਜਦੋਂ ਤੱਕ ਉਹ ਇੱਥੇ ਪਹੁੰਚੇਗਾ। ਇਸ ਲਈ ਤਾਂ ਜੇ ਸਾਰਿਆਂ ਨੂੰ ਪੁਸ਼ ਕਰ ਚੁੱਕਾ ਹੈਗਾ ਤਾਂ ਟੋਟਲ ਚਾਰਜ ਕਿੰਨਾ ਪਾਸ ਹੋਇਆ ਹੋਏਗਾ? ਇੰਨਾ ਆ ਹੈਗਾ ਜੀ ਟੋਟਲ ਚਾਰਜ ਜਿੰਨਾ ਪਾਸ ਹੋਇਆ, ਇਹ ਹੈਗਾ ਇੰਨੇ ਟਾਈਮ 'ਚ ਪਾਸ ਹੋਇਆ। ਅਤੇ ਹੁਣ ਤੁਹਾਨੂੰ ਪਤਾ ਇਲੈਕਟ੍ਰਿਕ ਕਰੰਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਇਲੈਕਟ੍ਰਿਕ ਕਰੰਟ ਦਾ ਟੋਟਲ ਚਾਰਜ ਪਾਸਿੰਗ ਓਵਰ ਟੋਟਲ ਟਾਈਮ ਟੇਕਨ। ਸੋ ਜੇ ਮੈਂ ਇੱਥੇ ਇਲੈਕਟ੍ਰਿਕ ਕਰੰਟ ਲਿਖਣਾ ਚਾਹਾਂ ਹੁਣ ਆਈ, ਮੰਨ ਲਓ ਇੱਥੇ ਆਈ ਕਰੰਟ ਫਲੋ ਕਰ ਰਿਹਾ, ਤਾਂ ਟੋਟਲ ਚਾਰਜ ਪਾਸਿੰਗ ਓਵਰ ਟੋਟਲ ਟਾਈਮ ਟੇਕਨ, ਟਾਈਮ ਟੇਕਨ ਕਿੰਨਾ L ਬਾਏ VD। L ਨਾਲ L ਕੈਂਸਲ ਹੋ ਜਾਏਗਾ, VD ਉੱਪਰ ਆ ਜਾਏਗਾ ਨਿਊਮਰੇਟਰ 'ਚ, ਇਹ ਬਣ ਜਾਏਗਾ NaEVD। ਸੋ ਇਹ ਆਪਣਾ ਕਰੰਟ ਦਾ ਡ੍ਰਿਫਟ ਵਿਲੋਸਟੀ ਦੇ ਨਾਲ ਰਿਲੇਸ਼ਨ ਹੈ।
ਮੈਂ ਇਹਨੂੰ ਦੁਬਾਰਾ ਲਿਖ ਦਿੰਦਾ ਕਿ ਕਰੰਟ ਜਿਹੜਾ ਆ ਐਨ ਏ ਈ ਵੀ ਡੀ ਆਹ ਰਿਲੇਸ਼ਨ ਹੈ ਕਰੰਟ ਦਾ ਡ੍ਰਿਫਟ ਵਲੋਸਿਟੀ ਨਾਲ, ਜਾਂ ਫਿਰ ਕਈ ਵਾਰ ਅਸੀਂ ਡ੍ਰਿਫਟ ਵਲੋਸਿਟੀ ਦਾ ਰਿਲੇਸ਼ਨ ਲਿਖਦੇ ਹਾਂ ਤਾਂ ਅਸੀਂ ਐਂ ਲਿਖਦੇ ਹਾਂ ਕਰੰਟ ਓਵਰ ਐਨ ਏ ਈ ਨੀਚੇ ਆ ਜਾਏਗਾ ਐਨ ਏ ਈ। ਸੋ ਇਸ ਤਰ੍ਹਾਂ ਲਿਖ ਸਕਦੇ ਹਾਂ ਜਾਂ ਇਸ ਤਰ੍ਹਾਂ ਲਿਖ ਸਕਦੇ ਹਾਂ। ਸੋ ਡ੍ਰਿਫਟ ਵਲੋਸਿਟੀ ਦਾ ਇਹ ਰਿਲੇਸ਼ਨ ਸੀਗਾ ਇਲੈਕਟ੍ਰਿਕ ਕਰੰਟ ਦੇ ਨਾਲ, ਅਤੇ ਇਸ ਤੋਂ ਪਹਿਲਾਂ ਆਪਾਂ ਰਿਲੇਸ਼ਨ ਦੇਖਿਆ ਸੀ ਉਹਦਾ ਇਲੈਕਟ੍ਰਿਕ ਫੀਲਡ ਦੇ ਨਾਲ। ਸੋ ਇਲੈਕਟ੍ਰਿਕ ਫੀਲਡ ਨਾਲ ਕੀ ਰਿਲੇਸ਼ਨ ਹੈ ਡ੍ਰਿਫਟ ਵਲੋਸਿਟੀ ਦਾ? ਈ ਈ ਟੋ ਡਿਵਾਈਡ ਬਾਏ ਐਮ, ਵੇਅਰ ਐਮ ਇਜ਼ ਦਾ ਮਾਸ ਆਫ ਦਾ ਇਲੈਕਟ੍ਰੋਨ। ਇੱਥੋਂ ਰਿਲੇਸ਼ਨ ਆ ਗਿਆ ਵੀ ਡੀ ਆਈ ਓਵਰ ਐਨ ਏ ਈ, ਆਹ ਵੀ ਡ੍ਰਿਫਟ ਵਲੋਸਿਟੀ ਹੈ। ਸੋ ਡ੍ਰਿਫਟ ਵਲੋਸਿਟੀ ਦੇ ਦੋ ਰਿਲੇਸ਼ਨ ਤੁਹਾਡੇ ਸਾਹਮਣੇ ਨੇ, ਇਹ ਬਹੁਤ ਇੰਪੋਰਟੈਂਟ ਨੇ। ਡੈਰੀਵੇਸ਼ਨ ਵੀ ਤੁਹਾਨੂੰ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਇਹ ਵੈਸੇ ਫਾਰਮੂਲੇ ਯਾਦ ਵੀ ਹੋਣੇ ਚਾਹੀਦੇ ਨੇ ਕਿਉਂਕਿ ਫਿਰ ਤੁਸੀਂ ਨੁਮੈਰੀਕਲ ਸੋਲਵ ਨਹੀਂ ਕਰ ਪਾਓਗੇ, ਨਹੀਂ ਤਾਂ ਇਹਨੂੰ ਬਾਰ ਬਾਰ ਡਰਾਈਵ ਕਰੋਗੇ ਤੁਹਾਨੂੰ ਵੈਸੇ ਹੀ ਯਾਦ ਹੋ ਜਾਣੇ, ਇਹ ਬਾਰ ਬਾਰ ਯੂਜ਼ ਹੋਣੇ ਅੱਗੇ, ਇਹ ਵੈਸੇ ਹੀ ਯਾਦ ਹੋ ਜਾਣੇ ਆਪ ਆਪਣੇ ਆਪ, ਇਹਨੂੰ ਯਾਦ ਕਰਨ ਲਈ ਕੋਈ ਬਹੁਤਾ ਐਕਸਟਰਾ ਐਫਰਟ ਨਹੀਂ ਲਾਉਣਾ ਪੈਣਾ ਤੁਹਾਨੂੰ। ਅੱਛਾ ਹੁਣ ਇੱਕ ਹੋਰ ਗੱਲ, ਇੱਕ ਛੋਟੀ ਜਿਹੀ ਡੈਫੀਨੇਸ਼ਨ ਨਾਲ ਡਿਸਕਸ ਕਰ ਦਿੰਦਾ। ਇੱਕ ਡੈਫੀਨੇਸ਼ਨ ਐਡਜਸਟ ਹੋਏਗੀ ਮੋਬਿਲਿਟੀ, ਆਹ ਰਿਲੇਸ਼ਨ ਆਪਣਾ ਹੋ ਚੁੱਕਿਆ, ਇਹਨੂੰ ਮੈਂ ਬਟੇ ਦਾ, ਉਹ ਹੈਗੀ ਮੋਬਿਲਿਟੀ ਆਫ ਅ ਚਾਰਜ ਕੈਰੀਅਰ। ਮੋਬਿਲਿਟੀ, ਮੋਬਿਲਿਟੀ ਨੂੰ ਅਸੀਂ ਮਿਊ ਨਾਲ ਡਿਨੋਟ ਕਰਦੇ ਹਾਂ, ਮਿਊ। ਇੱਕ ਯਾਦ ਰੱਖਿਓ ਤੁਸੀਂ ਇਹਦੇ ਵਿੱਚ ਨਾ ਬੱਚੇ ਮਿਊ ਨਿਊ ਇਹ ਸਾਰੀ ਗੱਲਾਂ ਨੂੰ ਲਗਭਗ ਰਲ ਗੱਡੀ ਕਰ ਦਿੰਦੇ ਆਪਸ ਵਿੱਚ। ਮਿਊ ਲਿਖ ਰਿਹਾ ਮੈਂ ਇੱਥੇ, ਆ ਦੇਖ ਐਂ ਹੁੰਦਾ ਮਿਊ, ਇਹ ਹੁੰਦਾ ਨਿਊ, ਇਹ ਮੈਂ ਨਾਲ ਲਿਖ ਰਿਹਾ ਐਨ ਯੂ ਨਿਊ ਪ੍ਰੋਨਾਊਂਸ ਕਰਦੇ ਹਾਂ ਉਹਨੂੰ, ਇਹ ਹੁੰਦਾ ਐਮ ਯੂ ਮਿਊ, ਠੀਕ ਹੈ ਗੱਲ, ਇਹ ਯਾਦ ਰੱਖਣੇ। ਇਸ ਤਰ੍ਹਾਂ ਲਿਖਦੇ ਹਾਂ ਆਪਾਂ ਲੈਮਡਾ, ਐਲ ਏ ਐਮ ਬੀ ਡੀ ਏ, ਲੈਮਡਾ। ਇਹ ਛੋਟਾ ਲੈਮਡਾ ਹੁੰਦਾ, ਇਹ ਕੈਪੀਟਲ ਲੈਮਡਾ ਹੁੰਦਾ, ਇਹ ਗੱਲਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਇਸ ਤਰ੍ਹਾਂ, ਠੀਕ ਆ। ਇਹ ਸਾਰੀਆਂ ਗੱਲਾਂ ਇਹ ਤੁਹਾਨੂੰ ਪਤਾ ਹੋਣੀ ਚਾਹੀਦੀ, ਕਈ ਵਾਰ ਦੇਖ ਕੇ ਨਾ ਤੁਸੀਂ ਸਾਰਿਆਂ ਨੂੰ ਸੇਮ ਤਰ੍ਹਾਂ ਹੀ ਗੱਲ ਕਰਨ ਲੱਗ ਜਾਂਦੇ ਹੋ। ਚਲੋ ਮੈਂ ਤਾਂ ਮੋਬਿਲਿਟੀ ਬਾਰੇ ਗੱਲ ਕਰਨੀ, ਹਾਲੇ ਥੋੜ੍ਹਾ ਜਿਹਾ ਤੁਹਾਨੂੰ ਸਿੰਬਲ ਦੱਸ ਦੇਵਾਂ ਬਸ। ਆਹ ਡੈਲਟਾ ਹੁੰਦਾ ਦੇਖੋ, ਐਂ ਹੁੰਦਾ ਡੈਲਟਾ, ਡੀ ਈ ਐਲ ਟੀ ਏ, ਅਤੇ ਇਹ ਹੁੰਦਾ ਇਹਦਾ ਕੈਪੀਟਲ ਡੈਲਟਾ, ਕੈਪੀਟਲ ਸਮਝਦੇ ਹੋ, ਜਿਵੇਂ ਤੁਸੀਂ ਛੋਟੀ ਏ ਬੀ ਸੀ ਵੱਡੀ ਏ ਬੀ ਸੀ ਕਰਦੇ ਸੀ ਇਸ ਤਰ੍ਹਾਂ, ਆਹ ਕੈਪੀਟਲ ਏ ਸਮਾਲ ਏ, ਕੈਪੀਟਲ ਬੀ ਸਮਾਲ ਬੀ, ਉਸੇ ਤਰ੍ਹਾਂ ਇਹ ਜਿਹੜੇ ਲੈਟਰਸ ਨੇ ਗ੍ਰੀਕ ਲੈਟਰਸ, ਇਹਨਾਂ ਦੇ ਵਿੱਚ ਵੀ ਇਹੀ ਹੁੰਦਾ ਹੈ, ਛੋਟਾ ਲੈਮਡਾ ਹੈ ਵੱਡਾ ਲੈਮਡਾ, ਡੈਲਟਾ ਹੈ ਵੱਡਾ ਡੈਲਟਾ, ਫਿਰ ਫਾਈ ਹੁੰਦਾ ਆ, ਆਹ ਸਮਾਲ ਫਾਈ ਆ, ਐਂ ਕੈਪੀਟਲ ਫਾਈ ਹੁੰਦਾ ਆ, ਇਸ ਤਰ੍ਹਾਂ ਥੀਟਾ ਵੀ ਹੁੰਦਾ ਆ, ਠੀਕ। ਸੋ ਮੈਂ ਜਿਹੜੀ ਗੱਲ ਕਰਾਂ ਮਿਊ ਆਹ ਵਾਲਾ ਮਿਊ, ਸੋ ਮਿਊ ਕੀ ਹੈ ਇੱਥੇ? ਮੋਬਿਲਿਟੀ ਆਫ ਅ ਚਾਰਜ ਕੈਰੀਅਰ। ਮੋਬਿਲਿਟੀ ਨੂੰ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ? ਇਟ ਇਜ਼ ਡਿਫਾਈਨਡ ਐਜ ਡ੍ਰਿਫਟ ਵਿਲੋਸਿਟੀ ਅਟੇਨਡ ਪਰ ਯੂਨਿਟ ਅਪਲਾਈਡ ਇਲੈਕਟ੍ਰਿਕ ਫੀਲਡ। ਵੀ ਜੇ ਤੁਸੀਂ ਯੂਨਿਟ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਹੈ, ਵਨ ਯੂਨਿਟ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ, ਤਾਂ ਉਹਦੇ ਨਾਲ ਉਹਦੇ ਵਿੱਚ ਕਿੰਨੀ ਡ੍ਰਿਫਟ ਵਲੋਸਿਟੀ ਪੈਦਾ ਹੋਈ ਹੈ, ਇਹ ਹੈਗਾ ਆਪਣਾ ਮੋਬਿਲਿਟੀ। ਇਹ ਦੱਸਦੀ ਵੀ ਕਿੰਨਾ ਜ਼ਿਆਦਾ ਮੋਬਾਈਲ ਹੈ, ਕਿੰਨਾ ਮੋਬਿਲਿਟੀ ਜ਼ਿਆਦਾ ਹੈ। ਜੇ ਮੋਬਿਲਿਟੀ ਦਾ ਐਕਸਪ੍ਰੈਸ਼ਨ ਕਿੱਥੋਂ ਆਏਗਾ? ਇੱਥੋਂ ਦੇਖੋ, ਮੋਬਿਲਿਟੀ ਕੀ ਹੁੰਦੀ ਹੈ? ਡ੍ਰਿਫਟ ਵਲੋਸਿਟੀ ਪਰ ਯੂਨਿਟ ਇਲੈਕਟ੍ਰਿਕ ਫੀਲਡ। ਹੁਣ ਤਾਂ ਡ੍ਰਿਫਟ ਵਲੋਸਿਟੀ ਦਾ ਆਹ ਐਕਸਪ੍ਰੈਸ਼ਨ ਯੂਜ਼ ਕਰੋ ਕਿਉਂਕਿ ਇਲੈਕਟ੍ਰਿਕ ਫੀਲਡ ਹੈ ਨੀਚੇ। ਈ ਈ ਟੋ ਬਾਏ ਐਮ, ਅਤੇ ਇਲੈਕਟ੍ਰਿਕ ਫੀਲਡ ਨੀਚੇ ਸੀਗਾ ਪਹਿਲਾਂ, ਇਲੈਕਟ੍ਰਿਕ ਫੀਲਡ ਕੱਟਿਆ ਗਿਆ, ਇਹ ਆ ਗਿਆ ਈ
ਟੋ ਡਿਵਾਈਡ ਬਾਏ ਐਮ। ਸੋ ਜਿਹੜੀ ਮੋਬਿਲਿਟੀ ਹੈ ਕਿਸੇ ਵੀ ਚਾਰਜ ਕੈਰੀਅਰ ਦੀ, ਉਹ ਮਾਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ। ਅਤੇ ਮਾਸ ਤੁਹਾਨੂੰ ਪਤਾ ਇਲੈਕਟ੍ਰੋਨ ਦਾ ਘੱਟ ਹੁੰਦਾ ਬਹੁਤ ਜ਼ਿਆਦਾ, ਇਸ ਲਈ ਉਹਦੀ ਮੋਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ, ਇਲੈਕਟ੍ਰੋਨ ਜ਼ਿਆਦਾ ਮੋਬਾਈਲ ਹੁੰਦੇ ਨੇ। ਪਰ ਜੇ ਪੋਜ਼ਿਟਿਵ ਚਾਰਜ ਦੀ ਗੱਲ ਕੀਤੀ ਜਾਵੇ ਉਹ ਜ਼ਿਆਦਾਤਰ ਹੈਵੀ ਹੁੰਦੇ ਨੇ, ਇਸ ਲਈ ਉਹਨਾਂ ਦੀ ਮੋਬਿਲਿਟੀ ਘੱਟ ਹੁੰਦੀ ਹੈ। ਇਹ ਬਸ ਇੱਕ ਡੈਫੀਨੇਸ਼ਨ ਹੈ, ਇਹਦੇ ਨਾਲ ਕੋਈ ਬਹੁਤਾ ਮੈਂ ਅੱਗੇ ਵੀ ਨਹੀਂ ਕੁਛ ਕਰਨ ਲੱਗਾ। ਆਹ ਦੋ ਰਿਲੇਸ਼ਨ ਜ਼ਿਆਦਾ ਇੰਪੋਰਟੈਂਟ ਨੇ, ਇਹ ਤੁਸੀਂ ਜ਼ਿਆਦਾ ਧਿਆਨ ਨਾਲ ਕਰਨੇ ਆ। ਸੋ ਇਹ ਸੀਗਾ ਆਪਣਾ ਡ੍ਰਿਫਟ ਵਲੋਸਿਟੀ ਦਾ ਦੂਸਰਾ ਰਿਲੇਸ਼ਨ। ਅਤੇ ਹੁਣ ਅਗਲੇ ਲੈਕਚਰ ਵਿੱਚ ਆਪਾਂ ਓਹਮਜ਼ ਲਾਅ ਬਾਰੇ ਗੱਲ ਕਰਾਂਗੇ, ਜਿਹਦੇ ਬਾਰੇ ਤੁਸੀਂ ਤਾਂ ਪਹਿਲਾਂ ਦੇਖਿਆ ਵੀ ਹੈ, ਪਹਿਲਾਂ ਪੜ੍ਹਿਆ ਵੀ ਹੈ 10th ਕਲਾਸ ਵਿੱਚ ਵੀ। ਹੁਣ ਆਪਾਂ ਦੁਬਾਰਾ ਓਹਮਜ਼ ਲਾਅ ਬਾਰੇ ਗੱਲ ਕਰਾਂਗੇ ਅਤੇ ਰੈਜ਼ਿਸਟੈਂਸ ਨੂੰ ਇੰਟਰੋਡਿਊਸ ਕਰਾਂਗੇ ਅਤੇ ਦੇਖਾਂਗੇ ਕੁਝ ਹੋਰ ਇਹਦੇ ਡ੍ਰਿਫਟ ਵਲੋਸਿਟੀ ਦੇ ਆੜੇ ਰਿਲੇਸ਼ਨ, ਇਹਦੇ ਹੋਰ ਕੀ ਫਾਇਦੇ ਨੇ ਆਪਾਂ ਨੂੰ। ਧੰਨਵਾਦ।